ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਦੋਸਤੋ, ਅੱਜ ਉਸ ਕਲਾਕਾਰਾਂ ਨੂੰ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਜਿਸ ਨੇ ਪੰਜਾਬੀ ਸੱਭਿਆਚਾਰ ਦੇ ਦਾਇਰੇ ਦੇ ਅੰਦਰ ਰਹਿ ਕੇ ਇੱਕ ਨਹੀਂ ਬਹੁਤ ਸਾਰੇ ਗੀਤ ਤੁਹਾਡੀ ਝੋਲੀ ਪਾਏ ਅਤੇ ਤੁਹਾਨੂੰ ਬਹੁਤ ਚੰਗੇ ਲੱਗੇ। ਬੇਈਮਾਨਾ, ਭੁੱਲ ਤਾਂ ਨਹੀਂ ਗਈਆਂ ਯਾਦਾਂ ਮੇਰੀਆਂ, ਕਦੇ ਉਡੀਕਾਂ ਦੀ ਗੱਲ ਕੀਤੀ, ਕਦੇ ਸੁਹਾਗ ਦੀ ਗੱਲ ਕੀਤੀ ਅਤੇ ਕਦੇ ਜੀਤੇ ਸੁਨਿਆਰੇ ਦੀ ਗੱਲ ਕੀਤੀ। ਬਹੁਤ ਸਾਰੇ ਲੋਕ ਗੀਤਾਂ ਨੂੰ ਵੀ ਉਹਨਾਂ ਨੇ ਆਪਣੀ ਆਵਾਜ਼ ਦਿੱਤੀ। ਮੇਰੀ ਮੁਰਾਦ ਹੈ ਡੌਲੀ ਸਿੰਘ ਤੋਂ। ਅੱਜ ਡੌਲੀ ਸਿੰਘ ਦੇ ਨਾਲ ਖੁੱਲ੍ਹੀ ਗੱਲਬਾਤ ਹੋਏਗੀ, ਉਹਨਾਂ ਦੇ ਗਾਇਕੀ ਦੇ ਸਫ਼ਰ ਦੇ ਬਾਬਤ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਡੌਲੀ ਸਿੰਘ ਜੀ, ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਡੌਲੀ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਸਾਰੇ ਜਿੰਨੇ ਵੀ ਦਰਸ਼ਕ ਵੇਖ ਰਹੇ ਹੋਣਗੇ, ਆਮ ਤੌਰ 'ਤੇ ਜਦੋਂ ਅਸੀਂ ਵੇਖਦੇ ਹਾਂ ਸਾਡੀਆਂ ਕੁੜੀਆਂ ਦੇ ਨਾਮ ਡੌਲੀ ਕੌਰ ਹੁੰਦਾ। ਹਾਂਜੀ, ਇਹ ਸਿੰਘ ਜਦੋਂ ਸੁਣਦੇ ਨੇ ਤਾਂ ਉਹਨਾਂ ਨੂੰ ਕਈ ਵਾਰੀ ਅਜੀਬ ਲੱਗਦਾ ਹੈ ਕਿ ਇਹ ਕੀ ਕਾਰਨ ਰਿਹਾ ਕਿ ਤੁਹਾਡਾ ਨਾਮ ਡੌਲੀ ਸਿੰਘ ਹੈ। ਨਹੀਂ, ਕੁੜੀਆਂ ਹੋਣ ਚਾਹੇ ਮੁੰਡੇ ਹੋਣ, ਦੇਖੋ ਸਿੰਘ ਵੀ ਸਰਦਾਰਾਂ ਨੂੰ ਲੱਗਦੇ ਨੇ, ਠੀਕ ਹੈ। ਅਤੇ ਉਹ ਕੁਛ ਵੈਸੇ ਤਾਂ ਘਰ ਦਾ ਨਾਮ ਮੇਰਾ ਡੌਲੀ ਸੀ, ਪਰ ਕੁਛ ਡਿਫਰੈਂਟ ਰੱਖਣ ਲਈ ਉਹਨਾਂ ਨੇ ਸਿੰਘ ਲਗਾ ਦਿੱਤਾ। ਕਿਹਨੇ ਕਿਹਾ ਕਿ ਆਪਾਂ ਡੌਲੀ ਸਿੰਘ ਰੱਖਣਾ ਜੀ? ਜਦੋਂ ਮੈਂ ਕੈਟਰੈਕ 'ਚ ਆਈ ਨਾ, ਅਤੇ ਉਹਨਾਂ ਨੇ ਜਦੋਂ, ਹਾਂਜੀ, ਮੇਰਾ ਐਗਰੀਮੈਂਟ ਹੋਇਆ ਅਤੇ ਉੱਥੇ ਸੀ ਡੈਵੀ ਸਿੰਘ, ਹੈ ਨਾ, ਉਹਨਾਂ ਨੇ ਕਿਹਾ ਕਿ ਡੌਲੀ ਦੇ ਅੱਗੇ ਅਸੀਂ ਸਿੰਘ ਲਗਾ ਦਿੰਦੇ। ਵੈਸੇ ਮੇਰਾ ਨਾਮ ਮਨਮੀਤ ਕੌਰ ਹੈਗਾ। ਸੋ ਘਰਦਿਆਂ ਦਾ ਨਾਮ ਮਨਮੀਤ ਅਤੇ ਘਰ ਦਾ ਨਾਮ ਡੌਲੀ, ਅਤੇ ਮੇਰੇ ਮਦਰ ਮੈਨੂੰ ਡੌਲੀ ਬੋਲਦੇ ਸੀ, ਅੱਜ ਵੀ ਬੋਲਦੇ ਨੇ। ਅੱਛਾ ਡੌਲੀ, ਮੈਨੂੰ ਇਹ ਦੱਸੋ, ਬਹੁਤ ਸਾਰੇ ਕਲਾਕਾਰ ਨੇ, ਉਹਨਾਂ ਦੇ ਹਿੱਸੇ ਉਹ ਹਿੱਟ ਹੋਣ ਵਾਲਾ ਗੱਲ ਨਹੀਂ ਆਉਂਦੀ, ਪਰ ਉਹ ਸੋਚਦੇ ਰਹਿੰਦੇ ਨੇ ਸਾਰੀ ਜ਼ਿੰਦਗੀ। ਹਾਂਜੀ, ਮੈਨੂੰ ਇਹ ਦੱਸੋ ਵੀ ਉਹ ਹਿੱਟ ਵਾਲੇ ਗੀਤ ਜਿਹੜੇ ਉਡੀਕਾਂ ਵਗੈਰਾ ਤੁਹਾਡੀਆਂ ਐਲਬਮਸ ਆਈਆਂ, ਬੇਈਮਾਨਾ, ਨੱਚੂਗੀ ਤੇਰੇ ਨਾਲ, ਬਹੁਤ ਸਾਰੀਆਂ ਇੱਕ ਤੋਂ ਬਾਅਦ ਇੱਕ ਤੁਹਾਡੀਆਂ ਹਿੱਟ ਐਲਬਮਸ ਆਈਆਂ, ਹਾਂਜੀ, ਇਹ ਕਿੰਨੀ ਕੁ ਦੇਰ ਬਾਅਦ ਤੁਸੀਂ ਉਸ ਸਥਾਨ ਤੇ ਪਹੁੰਚੇ ਸੀ? ਕਿੰਨੀ ਕੁ ਸਟਰਗਲ ਸੀ? ਸਟਰਗਲ ਬਹੁਤ ਕੀਤੀ, ਇੱਕ ਇਹ ਸੀ ਕਿ ਪੇਸ਼ੈਂਸ ਬਹੁਤ ਸੀ। ਸਟਰਗਲ ਦੇ ਨਾਲ ਨਾਲ ਪੇਸ਼ੈਂਸ ਜਿਹੜੇ ਹੁੰਦੇ ਨੇ ਨਾ, ਉਹ ਵੀ ਬਹੁਤ ਕਾਊਂਟ ਕਰਦੇ ਨੇ, ਕਿਉਂਕਿ ਅਸੀਂ ਅੱਜ ਦੀ ਜਨਰੇਸ਼ਨ ਸੋਚਦੀ ਹੈ ਕਿ ਮੈਂ ਅੱਜ ਗਾਣਾ ਕੀਤਾ ਅਤੇ ਕੱਲ੍ਹ ਮੈਂ ਸਟਾਰ ਬਣ ਜਾ, ਬਟ ਇਸ ਤਰ੍ਹਾਂ ਨਹੀਂ ਸੀ। ਸਟਰਗਲ ਬਹੁਤ ਕੀਤੀ, ਇੱਕ ਇੱਕ ਲਾਈਨ 'ਤੇ ਗਾਣਿਆਂ ਦੇ ਅਸੀਂ ਕੰਮ ਕੀਤਾ ਕਿ ਜਿੱਥੇ ਨਹੀਂ ਠੀਕ ਆ ਰਿਹਾ, ਅਸੋਰ ਇੱਕ ਗਾਣੇ ਨੂੰ ਰਿਕਾਰਡ ਕਰਕੇ ਅਸੀਂ 5-7 ਦਿਨ ਸੁਣਦੇ ਰਹਿਣਾ ਕਿ ਵਾਕਈ ਇੱਥੇ ਮੈਨੂੰ ਇਸ ਤਰ੍ਹਾਂ ਗਾਉਣਾ ਚਾਹੀਦਾ ਸੀ, ਇੱਥੇ ਮੈਂ ਗਲਤ ਗਾਇਆ ਕਿ ਨਹੀਂ, ਇੱਥੋਂ ਬੇਸੂਰਾ ਆ। ਇਹ ਸਾਰਾ ਬਹੁਤ ਜ਼ਿਆਦਾ ਸਟਰਗਲ ਕੀਤੀ, ਔਰ ਸਟਰਗਲ ਇਹ ਵੀ ਕਿ ਅਸੀਂ ਲੋਕਾਂ ਵਿੱਚ ਕਿਸ ਤਰ੍ਹਾਂ ਜਾਵਾਂਗੇ, ਸਾਨੂੰ ਲੋਕ ਪਸੰਦ ਕਰਨਗੇ ਕਿ ਨਹੀਂ ਕਰਨਗੇ, ਸਰ ਮੇਰੀ ਗਾਇਕੀ ਪਸੰਦ ਕਰਨਗੇ ਜਾਂ ਨਹੀਂ ਕਰਨਗੇ। ਪਰ ਤੁਹਾਡੀ ਗਾਇਕੀ ਦੇ ਵਿੱਚੋਂ ਕਈ, ਜਿਵੇਂ ਪੁਰਾਣੀ ਸੁਰਿੰਦਰ ਕੌਰ ਜੀ ਦੀ ਗੱਲ ਕਰੀਏ, ਪ੍ਰਕਾਸ਼ ਕੌਰ ਜੀ ਦੀ ਗੱਲ ਕਰੀਏ, ਬਹੁਤ ਸਾਰੇ ਲੋਕ ਜਦੋਂ ਤੁਸੀਂ ਹਿੱਟ ਹੋਏ ਕਹਿੰਦੇ ਸੀ ਲਾ ਵੀ ਨਵੀਂ ਇੱਕ ਸੁਰਿੰਦਰ ਕੌਰ ਜਾਂ ਪ੍ਰਕਾਸ਼ ਕੌਰ ਵਾਲਾ ਸਟਾਈਲ ਮਿਲ ਗਿਆ, ਤੁਸੀਂ ਫੋਲੋ ਸੱਚੀ ਉਹਨਾਂ ਨੂੰ ਕਰਦੇ ਸੀ ਜਾਂ ਨਹੀਂ? ਮੈਂ ਇਹ ਗਾਣੇ ਸੁਣ ਕੇ ਵੱਡੀ ਹੋਈ ਹਾਂ ਜੀ, ਇਸ ਤਰ੍ਹਾਂ ਦੇ ਜਿੰਨੇ ਗਾਣੇ, ਕਿਉਂਕਿ ਮੇਰੇ ਮਦਰ ਬਹੁਤ ਵਧੀਆ ਗਾਉਂਦੇ ਸੀ, ਇਹ ਮਾਵਾਂ ਅਤੇ ਤੀਆਂ ਰਲ ਬੈਠੀਆਂ ਨਿਮਾਏ, ਅਸੀਂ ਸਾਰਾ ਦਿਨ ਇਹੀ ਟ੍ਰੈਡੀਸ਼ਨਲ ਗਾਣੇ ਅਸੀਂ ਸੁਣਦੇ ਰਹੇ। ਸੋ ਪਾਕਿਸਤਾਨ ਚੈਨਲ ਵੀ ਚੱਲਦਾ ਸੀ, ਇਹ ਬੇਸਿਕਲੀ ਮੈਂ ਅੰਮ੍ਰਿਤਸਰ ਦੀ ਹਾਂ, ਹੈ ਨਾ, ਬਾਰਡਰ 'ਤੇ ਬੈਠੇ ਸੀ। ਹਾਂਜੀ, ਬਾਰਡਰ 'ਤੇ ਸੀ, ਕਿਉਂਕਿ ਸਾਰਾ ਦਿਨ ਉਹ ਟੀਵੀ 'ਤੇ, ਉਹ ਤੁਹਾਨੂੰ ਪਤਾ ਜਲੰਧਰ ਦੂਰਦਰਸ਼ਨ ਹੁੰਦਾ ਸੀ ਜਾਂ ਫਿਰ ਪਾਕਿਸਤਾਨ ਚੈਨਲ, ਬਸ ਉਹ ਹੀ ਸੁਣਦੇ ਸੀ। ਉਹ ਸੁਣਦੇ 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 ਉਹ ਟੇਸਟ ਮਾਇੰਡ 'ਚ ਬੈਠ ਗਿਆ, ਅਤੇ ਉਹਨਾਂ ਨੂੰ ਵੀ ਬਹੁਤ ਸੁਣਿਆ। ਮੈਂ ਸੁਣਾਵਾਂ? ਸੁਣਾਓ ਜੀ ਕੁਛ ਵੀ। ਲੰਘਿਆ ਜਾ ਪਤਨੇ ਚਨਾ ਦਾ ਯਾਰ, ਲੰਘਿਆ ਜਾ ਪਤਨੇ ਚਨਾ ਦਾ, ਸਿਰ ਸਦਕਾ ਮੈਂ ਜਾਵਾਂ ਤੇਰੇ ਨਾਂ ਦਾ ਯਾਰ, ਲੰਘਿਆ ਜਾ ਪਤਨੇ ਚਨਾ ਦਾ। ਬਹੁਤ ਅੱਛੇ। ਹੋਵੇ ਮੈਂ ਦੂਰੋਂ ਡਿੱਠਾ ਮਾਹੀ ਆਵਦਾ, ਹੱਥ ਕੰਗਣੀ ਤੇ ਬਾਹੀ ਲਟਕਾਵਦਾ ਯਾਰ, ਸਾਨੂੰ ਰਮਜ਼ਾਨ ਨਾਲ ਬੁਲਾਵਦਾ, ਸਾਨੂੰ ਰਮਜ਼ਾਨ ਨਾਲ ਬੁਲਾਵਦਾ ਯਾਰ, ਲੰਘ ਆ ਜਾ ਪਤਨੇ ਚਨਾ ਦਾ। ਬਹੁਤ ਅੱਛੇ ਡੌਲੀ। ਇਹ ਦੱਸੋ, ਕਈ ਵਾਰੀ ਹੁੰਦਾ ਜਦੋਂ ਆਪਾਂ ਖਾਸ ਕਰਕੇ ਆਪਣੀਆਂ ਕੁੜੀਆਂ ਦੀ ਗੱਲ ਕਰੀਏ, ਘਰ ਦੇ ਵਿੱਚ ਮਾਹੌਲ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ, ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਮੁੰਡਾ ਤਾਂ ਗਾਉਣ ਵਾਲਾ ਬਣ ਜਾਵੇ ਪਰ ਕੁੜੀ ਨਾ ਬਣੇ,
ਘਰਦਿਆਂ ਦੀ ਸਪੋਰਟ ਰਹੀ ਜਾਂ ਉਹ ਰੋਕਦੇ ਰਹੇ, ਕਿਵੇਂ ਹੁੰਦਾ ਸੀ ਜੀ? ਨਹੀਂ, ਪੇਰੈਂਟਸ ਦੀ ਸਪੋਰਟ ਸੀ ਮੇਰੇ ਕੋਲ ਸੀ। ਹਾਂਜੀ ਬਿਲਕੁਲ ਸੀ, ਕਿਉਂਕਿ ਡੈਡੀ ਹਰ ਜਗ੍ਹਾ ਨਾਲ ਵੀ ਜਾਂਦੇ ਸੀ ਜਿੱਥੇ ਜਾਣਾ, ਕਿਉਂਕਿ ਮੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਉਣ ਵਾਲੇ ਡੈਡੀ ਸੀ ਕਿ ਬੇਟਾ ਤੇਰੇ ਕੋਲ ਇੰਨਾ ਟੈਲੈਂਟ ਹੈਗਾ, ਤੂੰ ਇੰਨਾ ਵਧੀਆ ਗਾਣੇ ਬੋਲਦੀ, ਕਿਉਂ ਨਹੀਂ ਤੁਸੀਂ ਜਾਂਦੇ? ਕਿਉਂਕਿ ਮੇਰੇ ਡੈਡੀ 2014 'ਚ ਐਕਸਪਾਇਰ ਹੋ ਗਏ, ਅਤੇ ਜਾਣ ਤੋਂ ਪਹਿਲੇ ਵੀ ਨਾ ਮੇਰੀਆਂ ਦੋ ਬੇਟੀਆਂ ਨੇ, ਉਹ ਵੀ ਬਹੁਤ ਵਧੀਆ ਗਾਉਂਦੀਆਂ ਨੇ, ਬਹੁਤ ਵਧੀਆ ਗਾਉਂਦੀਆਂ, ਟ੍ਰੈਡੀਸ਼ਨਲ ਗਾਣੇ ਗਾਉਂਦੀਆਂ, ਹਰ ਸਟਾਈਲ ਦੇ ਮਤਲਬ ਗਾਣੇ। ਅਤੇ ਇੱਕ ਮਹੀਨਾ ਮੈਨੂੰ ਪਹਿਲੇ ਡੈਡੀ ਕਹਿੰਦੇ ਆ, ਬੇਟਾ ਟਵਿੰਕਲ ਤਨਵੀ ਇੰਨਾ ਵਧੀਆ ਗਾਉਂਦੀਆਂ, ਤੂੰ ਕਿਉਂ ਨਹੀਂ ਇਹਨਾਂ ਨੂੰ ਅੱਗੇ ਲੈ ਕੇ ਜਾਂਦੀ? ਮੈਂ ਕਿਹਾ ਡੈਡੀ ਉਹਨਾਂ ਨੂੰ ਪਹਿਲੇ ਪੜ੍ਹ ਲੈਣ ਦਿਓ, ਪੜ੍ਹਾਈ ਵੀ ਬਹੁਤ ਜ਼ਰੂਰੀ ਆ, ਕੋਈ ਗੱਲ ਨਹੀਂ, ਬੱਚਿਆਂ ਨੂੰ ਜੇ ਮੈਂ ਹੁਣੇ ਇਸ ਲਾਈਨ ਵੱਲ ਲੈ ਗਈ ਤਾਂ ਉਹਨਾਂ ਨੇ ਪੜ੍ਹਾਈ ਛੱਡ ਦੇਣੀ ਆ। ਸੋ ਇਸ ਤਰ੍ਹਾਂ ਕੁਛ ਨਹੀਂ ਸੀ ਕਿ ਹਾਂ ਉਹਨਾਂ ਦਾ ਵਿਊ ਸੀ, ਇਸ ਤਰ੍ਹਾਂ ਕੁਛ ਨਹੀਂ ਸੀ ਕਿ ਸਾਨੂੰ ਪੇਰੈਂਟਸ ਵੱਲੋਂ ਸਪੋਰਟ ਨਹੀਂ। ਜੇ ਮੈਨੂੰ ਪੇਰੈਂਟਸ ਵੱਲੋਂ ਸਪੋਰਟ ਨਾ ਹੁੰਦੀ, ਮੈਂ ਅੱਜ ਇੱਥੇ ਤੁਹਾਡੇ ਕੋਲ ਨਾ ਹੁੰਦੀ। ਵੈਰੀ ਨਾਈਸ ਡੋਲੀ। ਕਈ ਵਾਰੀ ਹੁੰਦੀ ਹੈ ਜਦੋਂ ਆਪਾਂ ਗਾਉਣਾ ਵਜਾਉਣਾ ਘਰਾਂ ਦੇ ਵਿੱਚ ਜਾਂ ਸਕੂਲ ਕਾਲਜ ਦੇ ਦੌਰਾਨ ਸ਼ੁਰੂ ਕਰ ਲੈਂਦੇ ਹਾਂ, ਫਿਰ ਰਿਕਾਰਡਿੰਗ ਸਟੂਡੀਓ ਤੱਕ ਜਾਣਾ ਇੱਕ ਵੱਡੀ ਗੱਲ ਹੁੰਦੀ ਹੈ। ਹਾਂਜੀ, ਮੈਨੂੰ ਯਾਦ ਹੈ ਕਈ ਕਲਾਕਾਰਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਅਸੀਂ ਤਾਂ ਸਿਰਫ ਰਿਕਾਰਡਿੰਗ ਸਟੂਡੀਓ 'ਚ ਕੋਰਸ ਬੋਲਣ ਚਲੇ ਜਾਂਦੇ ਸੀ, ਉੱਥੋਂ ਸਾਨੂੰ ਲੱਗੇ ਤਾਂ ਅਸੀਂ ਤਾਂ ਗਾ ਵੀ ਸਕਦੇ ਹਾਂ। ਹਾਂਜੀ, ਤੁਹਾਡੀ ਰਿਕਾਰਡਿੰਗ ਸਟੂਡੀਓ ਦੇ ਵਿੱਚ ਪਹੁੰਚ ਕਿਵੇਂ ਹੋਈ? ਬਸ ਮੈਂ ਪਹਿਲੇ ਮੈਂ ਜਲੰਧਰ ਦੂਰਦਰਸ਼ਨ 'ਚ ਵੀ ਗਾਇਆ ਸੀ। ਅੱਛਾ ਜੀ। ਪਰ ਜਲੰਧਰ ਦੂਰਦਰਸ਼ਨ 'ਚ ਅਸੀਂ ਲਾਈਵ ਗਾਉਂਦੇ ਸੀ। ਹਾਂ, ਉਹਨਾਂ ਦਿਨਾਂ 'ਚ ਲਾਈਵ ਗਾਇਆ ਕਰਦੇ ਸੀ। ਹਾਂਜੀ, ਉਹਨਾਂ ਦਿਨਾਂ 'ਚ ਲਾਈਵ ਗਾਇਆ, ਲਾਈਵ ਗਾ ਕੇ ਆਉਣਾ, ਇਹ ਹੁੰਦਾ ਸੀ ਕਿ ਸੁਖਾਲੀ ਹੋ ਗਈ ਸੀ ਸਿਲੈਕਸ਼ਨ ਜਲੰਧਰ ਦੂਰਦਰਸ਼ਨ। ਜਦੋਂ ਮੈਂ ਸਕੂਲ 'ਚ ਗਾਉਂਦੀ ਸੀ ਨਾ, ਤੇ ਉਹ ਸਕੂਲ 'ਚ ਹੀ ਜਲੰਧਰ ਦੂਰਦਰਸ਼ਨ ਵਾਲੇ ਆਏ, ਫਿਰ ਉਹਨਾਂ ਨੇ ਸਿਲੈਕਟ ਕੀਤੇ ਬੱਚੇ ਕਿ ਇਹਨਾਂ ਨੇ ਗਾਣਾ ਜਲੰਧਰ ਦੂਰਦਰਸ਼ਨ 'ਚ ਗਾਇਆ। ਜਦੋਂ ਗਾ ਕੇ ਘਰ ਆਉਣਾ, ਰਸਤੇ 'ਚ ਬੜਾ ਐਪਰੀਸ਼ੀਏਟ ਕਰਨਾ, ਵਾਹ ਅਸੀਂ ਤੁਹਾਨੂੰ ਅੱਜ ਟੀਵੀ 'ਚ ਦੇਖਿਆ ਸੀ, ਬਹੁਤ ਅੱਛਾ ਗਾਇਆ, ਡੈਡੀ ਨੂੰ ਕਹਿਣਾ ਤੁਹਾਡੀਆਂ ਕੁੜੀਆਂ ਬਹੁਤ ਵਧੀਆ ਗਾਉਂਦੀਆਂ। ਮੇਰੀ ਇੱਕ ਸਿਸਟਰ ਵੱਡੀ, ਉਹ ਜਰਮਨ ਹੈ, ਉਹ ਵੀ ਗਾਉਂਦੇ, ਅਸੀਂ ਦੋਨੋਂ ਇਕੱਠੇ ਜਾਂਦੇ ਸੀ, ਤੇ ਜਾਣਾ ਤੇ ਸਭ ਨੇ ਕਹਿਣਾ ਕਿ ਜਿਸ ਤਰ੍ਹਾਂ ਇਹ ਬੈਂਜੀਮਨ ਸਿਸਟਰ ਪਾਕਿਸਤਾਨ ਨਾ, ਉਸ ਤਰ੍ਹਾਂ ਗਾਉਂਦੀਆਂ। ਉਹ ਅਸੀਂ ਉੱਥੇ ਗਾਣੇ ਗਾ ਕੇ ਆਉਣੇ, ਬੜਾ ਚੰਗਾ ਲੱਗਣਾ, ਫਿਰ ਹੌਲੀ 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 ਉਹਨਾਂ ਨੇ ਸਾਡੀ ਅਲੱਗ ਤੋਂ ਸਿਲੈਕਸ਼ਨ ਸ਼ੁਰੂ ਕਰ ਦਿੱਤੀ। ਬਟ ਸਾਨੂੰ ਮੈਨੂੰ ਜਲੰਧਰ ਦੂਰਦਰਸ਼ਨ ਦੇ ਵਿੱਚ ਸਾਨੂੰ ਪਹੁੰਚਾਉਣ ਵਾਲੇ ਸੀ ਕੁੱਲੇ ਸ਼ਾਹ, ਸੁਰਿੰਦਰ ਫਰਿਸ਼ਤਾ। ਹਾਂਜੀ ਹਾਂ, ਉਹ ਲੈ ਕੇ ਗਏ, ਉਹਨਾਂ ਨੇ ਸਾਨੂੰ ਉਹਨਾਂ ਨਾਲ ਮਿਲਾਇਆ, ਸਾਨੂੰ ਦੋਨਾਂ ਸਿਸਟਰ ਨੂੰ। ਮਤਲਬ ਸਕੂਲ ਤੋਂ ਹਟ ਕੇ ਚਿਲ ਮਿਲ ਤਾਰੇ ਪ੍ਰੋਗਰਾਮ ਆਉਂਦਾ ਸੀ, ਉਹਦੇ ਵਿੱਚ ਅਸੀਂ ਸਾਰੇ ਬੱਚੇ ਗਏ। ਫਿਰ ਉਹਨਾਂ ਨੇ ਅਲੱਗ ਤੋਂ ਕਿਹਾ ਕਿ ਇਹ ਦੋਨਾਂ ਕੁੜੀਆਂ ਦਾ ਤੁਸੀਂ ਕਰਨਾ ਹੈ। ਮਨੋਹਰ ਭਾਰਜ ਸੀ ਉਸ ਟਾਈਮ ਜਲੰਧਰ ਦੂਰਦਰਸ਼ਨ ਦੇ ਵਿੱਚ, ਅੱਜ ਵੀ ਉਹ ਹੈਗੇ ਨੇ, ਅਤੇ ਉਹਨਾਂ ਨੇ ਫਿਰ ਮੌਕਾ ਦਿੱਤਾ, ਫਿਰ ਅਸੀਂ ਸਾਰਿਆਂ ਸਾਹਮਣੇ ਆਏ। ਪਿੰਡ ਵਾਲੇ ਬੜਾ ਐਪਰੀਸ਼ੀਏਟ ਕਰਦੇ ਸੀ, ਕਿਉਂਕਿ ਉਦੋਂ ਸਿਰਫ ਇੱਕ ਜਲੰਧਰ ਦੂਰਦਰਸ਼ਨ ਹੁੰਦਾ ਸੀ, ਉਹੀ ਸਾਰੇ ਦੇਖਦੇ ਸੀ, ਤੇ ਜਿਹੜਾ ਦੂਰਦਰਸ਼ਨ ਤੇ ਆ ਜਾਂਦਾ ਸੀ ਉਹ ਹਿੱਟ ਹੋ ਜਾਂਦਾ ਸੀ। ਬਿਲਕੁਲ। ਤੇ ਫਿਰ ਜਲੰਧਰ ਦੂਰਦਰਸ਼ਨ ਤੋਂ ਰਿਕਾਰਡਿੰਗ ਸਟੂਡੀਓ, ਫਿਰ ਹਜੇ ਇਹ 'ਚ ਕਿੰਨਾ ਫਰਕ ਰਿਹਾ? ਫਿਰ ਉਸ ਤੋਂ ਬਾਅਦ ਕੈਟਰੈਕ 'ਚ ਮੈਂ ਆਈ। ਅੱਛਾ, ਕੈਟਰੈਕ ਦੇ ਵਿੱਚ ਆਈ, ਪਰ ਜਦੋਂ ਰਿਕਾਰਡਿੰਗ ਹੋਣੀ ਫਿਰ ਬੜਾ ਡਰ ਵੀ ਲੱਗਦਾ ਸੀ ਕਿ ਹਾਏ ਆਵਾਜ਼ ਅੱਛੀ ਆਏ, ਫਿਰ ਬੈਠ ਕੇ ਉੱਧਰ ਜਾ ਕੇ ਸੁਣਨਾ, ਪਹਿਲੇ ਤਾਂ ਰਿਕਾਰਡ ਕਰਕੇ ਆਉਣਾ, ਫਿਰ ਉੱਧਰ ਜਾ ਕੇ ਸੁਣਨਾ ਕਿ ਆਵਾਜ਼ ਕਿੱਛੀ। ਬਟ ਜਦੋਂ ਆਵਾਜ਼ ਮੇਰੀ ਬੋਂਬੇ ਗੌਰਵ ਭਾਜੀ ਕੋਲ ਗਈ ਅਤੇ ਉਹਨਾਂ ਨੂੰ ਬੜੀ ਅੱਛੀ ਲੱਗੀ। ਚੰਡੀਗੜ੍ਹ, ਹਾਂਜੀ ਮੋਹਾਲੀ 'ਚ ਉਹਨਾਂ ਨੇ ਕਹਿਣਾ ਕਿ ਇਹ ਜਿਸ ਤਰ੍ਹਾਂ ਥੋੜ੍ਹਾ ਪਾਕਿਸਤਾਨੀ ਟੱਚ ਆਉਂਦਾ ਹੈ ਨਾ ਆਵਾਜ਼ ਦੇ ਵਿੱਚ, ਅਤੇ ਬੜਾ ਅੱਛਾ ਲੱਗਾ ਸੁਣ ਕੇ ਕਿ ਵਧੀਆ ਲੱਗਦਾ। ਮੇਰੀ ਸੀ ਪਹਿਲੀ ਉਡੀਕਾਂ। ਉਡੀਕਾਂ ਗੀਤ ਆਉਂਦੇ, ਬਹੁਤ ਕਮਾਲ ਦਾ ਗੀਤ ਸੀ। ਹਾਂਜੀ, ਬਹੁਤ ਕਮਾਲ, ਮਤਲਬ ਤੁਹਾਡਾ ਕਹਿੰਦਾ ਮਤਲਬ ਸੁਣਾ ਦਿਓ, ਸੁਣਾ ਦਿਓ ਜੀ ਪਲੀਜ਼। ਜਿੰਨਾ ਚਿਰ ਦਿਸਦਾ ਤੂੰ ਅਸਾਂ ਨਹੀਂ ਉਹ ਮੋੜ ਨਾ ਮੂੰਹ, ਚੇਤਾ ਰੱਖੀ ਜਾਣ ਵਾਲਿਆ ਡੁੱਬ ਪਿਆ ਅੱਜ ਦਿਨੇ, ਸ਼ਾਮਾਂ ਪਈਆਂ ਤੇਰੇ ਬਿਨ ਸਾਨੂੰ ਰੋਗ ਲਾਉਣ ਵਾਲਿਆ, ਹਏ ਸਾਨੂੰ ਰੋਗ ਲਾਉਣ ਵਾਲਿਆ। ਵੇਖਾ ਤੇ ਸਾਨੂੰ ਖੈਰ ਦਪਾਵੀ, ਲਾਈਏ ਸਾਡੇ ਨਾਲ ਨਿਭਾਵੀ, ਆਣਦੇ ਆ ਸਜਣਾ ਲੰਮੀਆਂ ਉਡੀਕਾਂ ਦਿਨ ਪਿਆਰ ਦੇ, ਮਾਹੀ ਵੇ ਸਾਨੂੰ ਭੁੱਲ ਨਾ ਜਾਵੀ, ਜਿੰਨਾ ਤੂੰ ਭੁਲਾਵੇਂਗਾ ਉਹਨੇ ਯਾਦ ਆਵਾਂਗੇ, ਜਿੰਨੇ ਯਾਦ ਆਵਾਂਗੇ ਉਹਨਾਂ ਹੀ ਰੂ ਆਵਾਂਗੇ।
ਬਹੁਤ ਖੂਬ, ਸੱਚੀ ਸਕੂਨ ਮਿਲਦਾ ਹੈ ਤੁਹਾਡੇ ਗੀਤਾਂ ਨੂੰ ਸੁਣ ਕੇ। ਇਸ ਐਲਬਮ ਦੇ ਵਿੱਚ ਲਗਭਗ ਸਾਰੇ ਗੀਤ ਹਿੱਟ ਅਤੇ ਕਲਿੱਕ ਹੋ ਗਏ ਸੀ। ਮੈਨੂੰ ਯਾਦ ਹੈ ਕਿ ਅਸੀਂ ਰੇਡੀਓ 'ਤੇ ਰੋਜ਼ਾਨਾ ਤੁਹਾਡੇ ਗੀਤ ਲਾਉਣੇ ਅਤੇ ਲੋਕਾਂ ਦੀਆਂ ਫਰਮਾਇਸ਼ਾਂ ਤੁਹਾਡੇ ਹੋਰ ਗੀਤਾਂ ਦੀਆਂ ਵੀ ਆਇਆ ਕਰਦੀਆਂ ਸੀ। ਡੋਲੀ, ਜਦੋਂ ਉਡੀਕਾ ਐਲਬਮ ਤੁਹਾਡੀ ਹਿੱਟ ਹੋ ਗਈ, ਹਾਂਜੀ, ਉਸ ਤੋਂ ਬਾਅਦ ਵੀ ਲਗਭਗ ਤੁਸੀਂ ਕੈਟਰਿਕ ਦੇ ਵਿੱਚ ਆਏ, ਅਤੇ ਕੈਟਰਿਕ ਦੇ ਉਸ ਵੇਲੇ ਹਰਭਜਨ ਸ਼ੇਰਾ, ਕੁਲਬੀਰ ਸਿੰਘ, ਡੋਲੀ ਸਿੰਘ, ਲਗਭਗ ਸਾਰੇ ਦੇ ਸਾਰੇ ਕਲਾਕਾਰ ਹਿੱਟ, ਅਤੇ ਸਾਰੇ ਦੇ ਸਾਰੇ ਕਲਾਕਾਰ ਕਈ ਐਲਬਮ ਦੇਣ ਤੋਂ ਬਾਅਦ ਫਿਰ ਇੰਝ ਜਾਪਿਆ ਕਿ ਕਿਤੇ ਗੁਆਚ ਗਏ ਹੋਣ। ਕੀ ਕਾਰਨ ਰਿਹਾ ਕਿ ਇੰਨਾ ਵੱਡਾ ਜ਼ਬਰਦਸਤ ਹਿੱਟ ਦੇਣ ਤੋਂ ਬਾਅਦ ਤੁਹਾਡੀ ਕਿਤੇ ਨਾ ਉਹ ਕਿਤੇ ਤੁਹਾਡੇ ਦਰਸ਼ਕ, ਤੁਹਾਡੇ ਚਾਹੁਣ ਵਾਲਿਆਂ ਨੂੰ ਤੁਹਾਡੀ ਗੈਰ ਹਾਜ਼ਰੀ ਰੜਕਣ ਲੱਗੀ? ਨਹੀਂ, ਇਸ ਇਹ ਐਸੀ ਗੱਲ ਨਹੀਂ ਆ ਕਿ ਗੈਪ ਆਉਣਾ ਸ਼ੁਰੂ ਹੋ ਗਿਆ ਸੀ। ਗੈਪ ਕਿਉਂਕਿ ਮੈਂ ਇੱਕ ਲੇਡੀ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਵੀ ਕਹਿ ਰਹੀ ਕਿ ਇੱਕ ਮਾਂ ਵੀ ਸੀ, ਇੱਕ ਵਾਈਫ ਵੀ ਸੀ, ਸੀ ਨਹੀਂ ਮਤਲਬ ਹਾਂ ਫੈਮਿਲੀ 'ਚ ਵੀ ਤੁਹਾਨੂੰ ਪਤਾ ਧਿਆਨ ਦੇਣਾ ਪੈਂਦਾ। ਫੈਮਿਲੀ ਵਿੱਚ ਮੈਂ ਬਿਜ਼ੀ ਹੋ ਗਈ, ਉਸ ਤੋਂ ਬਾਅਦ ਸਾਰੇ ਐਕਚੁਲੀ ਸਾਡਾ ਐਗਰੀਮੈਂਟ ਵੀ ਸੀ ਕੈਟਰਿਕ ਦੇ ਨਾਲ, ਫਿਰ ਉਹ ਲਾਈਨ ਵਾਈਜ਼ ਤੁਹਾਨੂੰ ਪਤਾ ਸਭ ਤੋਂ ਪਹਿਲੇ ਬੱਬੂ ਮਾਨ ਹੋਣਾ ਦਾ ਆਇਆ, ਉਸ ਤੋਂ ਬਾਅਦ ਕੁਲਬੀਰ, ਹਰਭਜਨ ਸ਼ੇਰਾ, ਔਰ ਇੱਕ ਸਤਨਾਮ ਮਾਹੀ, ਮਾਹੀ ਜਿੰਦ ਮੇਰੀ ਮਾਹੀ। ਔਰ ਫਿਰ ਇਹ ਸੀ ਕਿ ਜਿੰਨੀ ਦੇਰ ਸਭ ਦੀ ਵਾਰੀ ਆਉਂਦੀ ਓਨੀ ਦੇਰ ਉਹ ਫਿਰ ਟਾਈਮ ਵੀ ਨਿਕਲ ਗਿਆ ਨਾ। ਸੋ ਮੈਂ ਵੀ ਘਰ ਵਿੱਚ ਬਿਜ਼ੀ ਹੋ ਗਈ, ਬੱਚਿਆਂ 'ਚ ਬਿਜ਼ੀ ਹੋ ਗਈ, ਉਹਨਾਂ ਨੂੰ ਵੱਡਾ ਕੀਤਾ, ਬਟ ਨਾਲ ਨਾਲ ਜਿਹੜਾ ਸੀ ਰਿਆਜ਼ ਵੀ ਚੱਲਦਾ ਗਿਆ, ਬੱਚਿਆਂ ਨੂੰ ਮੈਂ ਟ੍ਰੇਨਿੰਗਸ ਦਿੱਤੀਆਂ ਮਿਊਜ਼ਿਕ ਦੀਆਂ। ਸੋ ਜਣੀ ਸਾਰੀਆਂ ਜ਼ਿੰਮੇਵਾਰੀਆਂ ਤੁਸੀਂ ਕਿਹਾ ਵੀ ਬੈਲੈਂਸ ਕਰਕੇ ਰੱਖਿਆ ਜਾਵੇ, ਕਿਉਂਕਿ ਇੱਕ ਲੇਡੀ ਲਈ ਬੜਾ ਔਖਾ ਆ ਘਰ ਵੀ ਦੇਖਣਾ, ਜਾਂ ਤਾਂ ਅਸੀਂ ਵਿਆਹ ਨਾ ਕਰਵਾਈਏ, ਵਿਆਹ ਹੀ ਸੰਗੀਤ ਨਾਲ ਕਰਵਾ ਲਈਏ, ਫਿਰ ਅਸੀਂ ਫ੍ਰੀ ਹਾਂ, ਫਿਰ ਅਸੀਂ ਸਿਰਫ ਸੰਗੀਤ ਨੂੰ। ਬਟ ਇਹ ਤਾਂ ਇੱਕ ਮਤਲਬ ਰੂਹ ਦੀ ਖੁਰਾਕ ਹੈ, ਇਹਨੂੰ ਤੁਸੀਂ ਛੱਡ ਨਹੀਂ ਸਕਦੇ, ਇੱਕ ਵਾਰੀ ਤੁਸੀਂ ਸਟਾਰਟ ਕਰ ਦਿਓ ਛੱਡ ਨਹੀਂ ਸਕਦੇ। ਅੱਛਾ, ਫਿਰ ਉਹ ਜਿਹੜੀ ਪਹਿਲੀ ਤੁਹਾਡੀ ਐਲਬਮ ਉਡੀਕਾਂ ਹਿੱਟ ਹੋਣ ਤੋਂ ਬਾਅਦ ਅਗਲੀ ਐਲਬਮ ਕਿਹੜੀ ਸੀ ਅਤੇ ਕਿੰਨੀ ਕੁ ਦੇਰ ਬਾਅਦ ਕੀਤੀ ਸੀ? ਅਗਲੀ ਐਲਬਮ ਫਿਰ 2 ਸਾਲ ਬਾਅਦ, ਨੱਚੂੰਗੀ ਤੇਰੇ ਨਾਲ, ਉਹਦੇ 'ਚ ਮੇਰਾ ਗਾਣਾ ਹੋ ਰੇਸ਼ਮ ਦਾ ਲਹਿੰਗਾ ਮੇਰਾ ਜੁੱਤੀ ਤਿੱਲੇਦਾਰ ਵੇ, ਗੁੱਤ ਤੇ ਪਰਾਂ ਦਾ ਮੇਰੀ ਮੇਰਾ ਪੈਰੇਦਾਰ ਵੇ, ਸਿਰ ਤੇ ਦੁਪੱਟਾ ਲੈ ਕੇ ਲਾਲ ਵੇ ਸੋਹਣਿਆ, ਸਿਰ ਤੇ ਦੁਪੱਟਾ ਲੈ ਕੇ ਲਾਲ ਵੇ ਸੋਹਣਿਆ, ਨੱਚੂੰਗੀ ਨੱਚੂੰਗੀ ਨੱਚੂੰ ਤੇਰੇ ਨਾਲ ਮੈਂ ਸੋਹਣਿਆ, ਨੱਚੂੰਗੀ ਨੱਚੂੰ ਤੇਰੇ ਨਾਲ ਮੈਂ ਸੋਹਣਿਆ। ਇਹ ਸਾਰੀਆਂ ਜਿਹੜੀਆਂ ਕੰਪੋਜੀਸ਼ਨ ਨੇ ਤੁਹਾਡੀਆਂ, ਤਰਜ਼ਾਂ ਨੇ, ਬੜੀਆਂ ਪਿਆਰੀਆਂ ਨੇ, ਥੋੜ੍ਹੀਆਂ ਵੱਖਰੀਆਂ ਨੇ, ਕੌਣ ਬਣਾਉਂਦਾ ਸੀ ਸਾਰੀਆਂ? ਪਹਿਲੇ ਤਾਂ ਜਿਹੜਾ ਸੀ ਉਡੀਕਾਂ ਦਾ ਮਿਊਜ਼ਿਕ ਜਿਹੜਾ ਸੀ ਉਹ ਮਿਸਟਰ ਸੁਰਿੰਦਰ ਬਚਨ ਉਹਨਾਂ ਨੇ ਦਿੱਤਾ। ਸੋ ਇਹ ਜਿਹੜੀਆਂ ਕੰਪੋਜੀਸ਼ਨ ਵੀ ਬਣਦੀਆਂ ਸੀ ਨਾ, ਇਹਦੇ ਵਿੱਚ ਵੀ ਬੜਾ ਸਟਰਗਲ ਸੀ, ਬੈਠ ਕੇ 3-3, 4-4 ਮਹੀਨੇ ਅਸੀਂ ਬੈਠ ਕੇ ਕੰਪੋਜੀਸ਼ਨਸ ਬਣਾਈਆਂ, ਫਿਰ ਕਿਤੇ ਜਾ ਕੇ ਗਾਣਾ ਤਿਆਰ ਹੁੰਦਾ ਸੀ ਅਤੇ ਫਿਰ ਰਿਕਾਰਡਿੰਗ ਹੁੰਦੀ ਸੀ। ਅੱਛਾ, ਹੁਣ ਇੰਨਾ ਜਦੋਂ ਨੇਮ ਫੇਮ ਮਿਲ ਜਾਂਦਾ, ਹਾਂਜੀ, ਘਰ ਦੀਆਂ ਜ਼ਿੰਮੇਵਾਰੀਆਂ ਨੇ ਵੀ, ਇੱਕ ਵਾਈਫ ਵੀ ਹੋ, ਇੱਕ ਧੀ ਵੀ ਹੋ, ਹਾਂਜੀ, ਇੱਕ ਮਾਂ ਵੀ ਹੋ, ਕਿਸੇ ਦੀ ਨੂੰਹ ਵੀ ਹੋ, ਹਾਂਜੀ। ਅੱਛਾ, ਮੈਨੂੰ ਦੱਸੋ ਇਹ ਸਾਰੀਆਂ ਜ਼ਿੰਮੇਵਾਰੀਆਂ ਜਿਵੇਂ ਤੁਸੀਂ ਜ਼ਿਕਰ ਕੀਤਾ, ਇਹ ਵੀ ਤੁਸੀਂ ਦੱਸ ਰਹੇ ਹੋ ਕਿ ਇੱਕ ਔਰਤ ਵਾਸਤੇ ਇਹ ਸੁਖਾਲਾ ਨਹੀਂ ਬੈਲੈਂਸ ਕਰਕੇ ਰੱਖਣਾ, ਫਿਰ ਘਰ ਦੇ ਕੰਮ ਕਾਰ ਸਾਰੇ ਪੂਰੇ ਉਮਰ, ਆਟਾ ਗੁੰਨਣਾ ਜੀ, ਰੋਟੀ ਪਕਾਉਣ ਜੀ, ਸ਼ੋਅ ਕਰਕੇ ਆਇਆ, ਅੱਧੀ ਰਾਤ ਨੂੰ ਆਏ, ਅਸੀਂ ਭਾਵੇਂ ਜੋ ਮਰਜ਼ੀ ਕਰਕੇ ਆਈਏ ਪਰ ਨਾਲ ਗਾਉਂਦੇ ਰਹੀਦਾ, ਚਾਹੇ ਕੰਮ ਕਰੀਏ, ਚਾਹੇ ਕਦੀ ਕਦੀ ਦੇ ਅਸੀਂ ਗਾ ਵੀ ਰਹੇ ਹਾਂ, ਮਾਮਾ ਨੇ ਕਹਿਣਾ ਨੀ ਕਦੀ ਰੱਬ ਦਾ ਨਾਮ ਵੀ ਲੈ ਲਿਆ ਕਰੋ, ਮਤਲਬ ਅਸੀਂ ਫਿਰ ਉਸੇ ਟਿਊਨ 'ਚ ਸਤਿਨਾਮ ਵਾਹਿਗੁਰੂ ਅਸੀਂ ਇਸ ਤਰ੍ਹਾਂ ਸਟਾਰਟ ਕਰ ਦੇਣਾ। ਅੱਛਾ ਮਾਮਾ, ਇਹ ਵੀ ਰੱਬ ਦਾ ਨਾਂ ਹੀ ਆ। ਅੱਛਾ, ਮੈਨੂੰ ਇਹ ਦੱਸੋ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ ਕਿ ਜਦੋਂ ਇੰਨੀਆਂ ਤੁਹਾਡੀਆਂ ਐਲਬਮ ਚੱਲ ਪਈਆਂ, ਪ੍ਰਚਲਿਤ ਹੋ ਗਈਆਂ, ਸ਼ੋਅ ਵਗੈਰਾ ਉੱਥੇ ਕਾਫੀ ਮਿਲਦੇ ਸੀ? ਸ਼ੋਅ ਸੀ, ਹਾਂਜੀ, ਸ਼ੋਅ ਮਿਲਦੇ ਸੀ, ਲਾਈਵ ਸ਼ੋਅ ਬਹੁਤ ਹੁੰਦੇ ਸੀ, ਕਦੀ ਯੂਨੀਵਰਸਿਟੀ ਦੇ ਵਿੱਚ ਅਸੀਂ ਕਰ ਰਹੇ ਹਾਂ, ਕਦੀ ਕਿਤੇ ਕਰ ਰਹੇ ਹਾਂ, ਕਦੀ ਕਿਤੇ ਕਰ ਰਹੇ ਹਾਂ, ਫਿਰ ਇਹ ਵੀ ਹੁੰਦਾ ਸੀ ਸ਼ੋਅ ਦੇ ਨਾਲ ਨਾਲ ਲੇਡੀ ਸੰਗੀਤ ਵੀ ਸਾਰੇ ਕਰਦੇ ਨੇ, ਅਤੇ ਹੁਣ ਵੀ ਜ਼ਿਆਦਾ ਲੇਡੀ ਸੰਗੀਤ, ਹਾਂਜੀ। ਅੱਛਾ, ਹੁਣ ਮਿਊਜ਼ਿਕ ਦੇ ਵਿੱਚ ਜਾਂ ਇਸ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਚੇਂਜ ਆ ਗਈ ਹੈ, ਗੀਤਾਂ 'ਚ ਚੇਂਜ ਆ ਗਈ, ਮਿਊਜ਼ਿਕ 'ਚ ਚੇਂਜ ਆ ਗਈ, ਬੋਲਾਂ 'ਚ ਬਹੁਤ ਵੱਡੀ ਚੇਂਜ ਆ ਗਈ, ਹਾਂਜੀ, ਤੁਸੀਂ ਕਿਵੇਂ ਦੇਖਦੇ ਹੋ ਸਾਰੀ ਚੀਜ਼ ਨੂੰ? ਤੁਹਾਨੂੰ ਸੱਚੀ ਦੱਸਾਂ, ਮੈਂ PTC ਪੰਜਾਬੀ ਜਾਂ ਕੋਈ ਵੀ ਪੰਜਾਬੀ ਚੈਨਲ ਦੇਖਦੇ ਨਹੀਂ। ਅੱਛਾ, ਕਿਉਂ? ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਪਸੰਦ ਕਰਦੇ ਹਾਂ ਉਸ ਤਰ੍ਹਾਂ ਦਾ ਹੁਣ ਕੁਛ ਆ ਹੀ ਨਹੀਂ ਰਿਹਾ, ਬੱਚੇ ਦੇਖਣਾ ਪਸੰਦ ਨਹੀਂ ਕਰਦੇ, ਬੱਚੇ ਕਹਿੰਦੇ ਮੰਮਾ ਤੁਸੀਂ ਲਗਾਓ ਇਹਨਾਂ, ਪੰਜਾਬੀ ਚੈਨਲ ਨਹੀਂ ਲੱਗਣਾ ਚਾਹੀਦਾ,
ਠੀਕ ਹੈ, ਬਟ ਅਸੀਂ ਤੁਸੀਂ ਵੀ ਦੇਖੋ ਕਿ ਕੀ ਦਿਖਾਈਏ ਬੱਚਿਆਂ ਨੂੰ, ਕੀ ਆ ਰਿਹਾ, ਮਤਲਬ ਹੁਣ ਕੀ ਆ ਅਸੀਂ ਆਪਣੇ ਕਲਚਰ ਨੂੰ। ਮੈਂ ਤਾਂ ਹਰ ਜਗ੍ਹਾ ਇਹ ਬੋਲਦੇ ਹੁੰਦੇ ਹਾਂ ਕਿ ਸਾਡੇ ਪੰਜਾਬ 'ਚ ਇੰਨੇ ਕਲਚਰ ਦੀ ਰਿਸਪੈਕਟ ਨਹੀਂ ਕਰਦੇ ਜਿੰਨੇ ਬਾਹਰ ਦੇ ਦੇਸ਼ਾਂ ਦੇ ਵਿੱਚ ਕਲਚਰ ਦੀ ਰਿਸਪੈਕਟ ਹੁੰਦੀ ਹੈ, ਕਲਚਰ ਈਵਨ ਕਿ ਆਰਟਿਸਟ ਦੀ ਰਿਸਪੈਕਟ ਹੁੰਦੀ ਹੈ। ਉੱਥੇ ਤਾਂ ਕੋਈ ਕਿਸੇ ਨੂੰ ਪੁੱਛਦਾ ਹੀ ਨਹੀਂ, ਉੱਥੇ ਇਹ ਸੋਚਦੇ ਜੇ ਇਹ ਗਾ ਰਿਹਾ ਹੈ ਤਾਂ ਅਸੀਂ ਕਿਉਂ ਨਹੀਂ ਗਾ ਸਕਦੇ, ਇੰਨੀ ਵੱਡੀ ਗੱਲ ਨਹੀਂ ਹੈ, ਸਾਰੇ ਹੀ ਸੋਚਦੇ ਹੈ। ਸੋ ਕੋਈ ਆਰਟਿਸਟ ਆਪਣੇ ਸੀਨੀਅਰ ਦੀ ਰਿਸਪੈਕਟ ਨਹੀਂ ਕਰਦਾ, ਚਾਹੇ ਕੋਈ ਵੀ ਹੈ, ਸੀਨੀਅਰ ਦੀ ਰਿਸਪੈਕਟ ਨਹੀਂ। ਅਸੀਂ ਅੱਜ ਵੀ ਕਿਸੇ ਆਰਟਿਸਟ ਨੂੰ ਚਾਹੇ ਕੋਈ ਮਤਲਬ 2 ਸਾਲ ਵੱਡਾ ਹੈ ਜਾਂ 2 ਸਾਲ ਪਹਿਲਾਂ ਗਾ ਰਿਹਾ ਸੀਨੀਅਰ ਆਰਟਿਸਟ ਨੂੰ, ਫਿਰ ਵੀ ਦਿਲ ਨੂੰ ਕੁਛ ਹੁੰਦਾ, ਉਹਦੇ ਸਾਹਮਣੇ ਗਾਉਣ ਲਈ ਦਿਲ ਘਬਰਾ ਜਾਂਦਾ ਕਿ ਹਾਂ ਅਸੀਂ ਕਿਸ ਤਰ੍ਹਾਂ ਗਾ ਸਕੇ, ਸੀਨੀਅਰ ਦੇ ਸਾਹਮਣੇ ਅਸੀਂ ਕਿਸ ਤਰ੍ਹਾਂ ਗਾਵਾਂਗੇ। ਇਹਦਾ ਮਤਲਬ ਉਦੋਂ ਜਦੋਂ ਕਿਸੇ ਦੀ ਸੰਗਤ ਕਰਦੇ ਸੀ ਕੋਈ ਵੀ ਕਲਾਕਾਰ, ਉਹਨਾਂ ਨੂੰ ਤਹਿਜ਼ੀਬ, ਉਹਨਾਂ ਨੂੰ ਸਲੀਕਾ ਸਿਖਾਇਆ ਜਾਂਦਾ ਸੀ। ਹਾਂਜੀ, ਸਿਖਾਇਆ ਉਹ ਆਪੇ ਆ ਜਾਂਦਾ ਸੀ, ਕਿਉਂਕਿ ਜਦੋਂ ਅਸੀਂ ਕਿਸੇ ਕੋਲੋਂ ਸਿੱਖਦੇ ਹਾਂ ਨਾ, ਉੱਥੇ ਉਸ ਮਤਲਬ ਐਜ਼ ਏ ਗੁਰੂ ਹੋ ਜਾਂਦਾ ਸੀ ਕਿ ਸਾਡਾ ਗੁਰੂ ਆ, ਅਸੀਂ ਇਹਨਾਂ ਕੋਲੋਂ। ਹੁਣ ਵੀ ਮੈਂ ਘਰ ਵਿੱਚ ਜਿਸ ਤਰ੍ਹਾਂ ਬੱਚਿਆਂ ਦੀਆਂ ਮਿਊਜ਼ਿਕ ਕਲਾਸਾਂ ਲੈਂਦੀ ਹਾਂ, ਕੋਚਿੰਗ ਕਲਾਸਿਸ, ਬੱਚਿਆਂ ਕੋਲੋਂ ਬਹੁਤ ਕੁਝ ਸਿੱਖ ਲੈਂਦੀ ਹਾਂ। ਬੱਚਿਆਂ ਕੋਲੋਂ ਵੀ ਸਿੱਖ, ਕਿਸੇ ਟਾਈਮ ਨਾ ਸਾਡੇ ਕੋਲ ਸੁਰ 'ਚ ਨਹੀਂ ਗਾਇਆ ਜਾਂਦਾ, ਜਦੋਂ ਬੱਚੇ ਗਾਉਂਦੇ ਮੈਂ ਉਹਨਾਂ ਨੂੰ ਬੋਲਦੀ ਹੁੰਦੀ, ਬੇਟੇ ਦੁਬਾਰਾ ਗਾ ਕੇ ਦਿਖਾਓ ਕਿਸ ਤਰ੍ਹਾਂ ਗਾਇਆ। ਸਿੱਖਿਆ ਤਾਂ ਕਿਸੇ ਕੋਲੋਂ ਵੀ ਜਾ ਸਕਦਾ, ਸਿੱਖਿਆ ਕਿਸੇ ਕੋਲੋਂ ਵੀ ਜਾ ਸਕਦਾ। ਹਾਂਜੀ, ਕਿਉਂਕਿ ਇਹਦਾ ਤਾਂ ਕੋਈ ਐਂਡ ਹੀ ਨਹੀਂ ਹੈ, ਸਮੁੰਦਰ ਹੈ ਜਿੰਨਾ ਮਰਜ਼ੀ ਤਾਰੀਆਂ ਲਾਓ। ਬਿਲਕੁਲ। ਅਤੇ ਹੁਣ ਇੱਕ ਫੀਮੇਲ ਨੂੰ ਇੱਕ ਮੇਲ ਦੇ ਬਰਾਬਰ ਜੇਕਰ ਆਪਾਂ ਰੱਖ ਕੇ ਵੇਖੀਏ, ਇਸ ਲਾਈਨ ਦੇ ਵਿੱਚ ਕਿੰਨਾ ਔਖਾ ਫੀਲ ਕਰਦੇ ਹੋ ਤੁਸੀਂ, ਕਿਉਂਕਿ ਤੁਸੀਂ ਖੁਦ ਇਸ ਲਾਈਨ ਦੇ ਵਿੱਚੋਂ, ਕਿੰਨਾ ਕੁ ਮੁਸ਼ਕਲ ਹੈ ਜੀ ਮੇਲ ਅਤੇ ਫੀਮੇਲ ਦਾ ਆਪਸ ਦੇ ਵਿੱਚ ਜੇਕਰ ਆਪਾਂ ਕੰਪੈਰੀਜ਼ਨ ਕਰਨਾ ਹੋਵੇ? ਇਸ ਲਾਈਨ ਦੇ ਵਿੱਚ ਫੀਮੇਲ ਲਈ ਜੇ ਮੈਂ ਕਹਿ ਦੇਵਾਂ ਕਿ ਨਹੀਂ ਨਹੀਂ ਅੱਜ ਕੱਲ੍ਹ ਤਾਂ ਕੋਈ ਫਰਕ ਹੀ ਨਹੀਂ ਹੈ, ਬਟ ਨਹੀਂ, ਫਰਕ ਹੈ, ਬੜਾ ਸਰਵਾਈਵ ਕਰਨਾ ਪੈਂਦਾ ਹੈ ਇੱਕ ਇਕੱਲੀ ਲੇਡੀ ਨੂੰ ਇਸ ਲਾਈਨ ਦੇ ਵਿੱਚ, ਕਿਤੇ ਇਕੱਲੇ ਜਾਣਾ ਪੈਂਦਾ ਆ, ਕੁਛ ਕਰਨਾ ਪੈਂਦਾ, ਬਹੁਤ ਸਰਵਾਈਵ ਕਰਨਾ ਪੈਂਦਾ, ਮੁਸ਼ਕਲ ਬਹੁਤ ਮੁਸ਼ਕਲ ਹੈ। ਹਾਂਜੀ। ਅੱਛਾ, ਹੁਣ ਕਈ ਵਾਰੀ ਇਹ ਵੀ ਤੁਸੀਂ ਦੇਖਿਆ ਕਿ ਜਦੋਂ ਟ੍ਰੀਟ ਕਰਨਾ ਇੱਕ ਤੁਸੀਂ ਹਿੱਟ ਕਲਾਕਾਰੀ ਆਨ ਸਿਖਰ 'ਤੇ ਵੀ ਤੁਸੀਂ ਆਪਣੇ ਆਪ ਨੂੰ ਰੱਖ ਕੇ ਵੇਖਿਆ, ਕਿਉਂਕਿ ਇਹ ਸਾਈਕਲ ਹੈ, ਚੱਲਦਾ ਰਹਿੰਦਾ, ਕਦੇ ਕੋਈ ਉੱਪਰ, ਕੋਈ ਥੱਲੇ, ਉਸ ਵਕਤ ਅਤੇ ਅੱਜ ਦੇ ਵਕਤ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਕਿਸੇ ਸਟੇਜ 'ਤੇ, ਕਿਸੇ ਪ੍ਰੋਗਰਾਮ 'ਤੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਿਲਦੇ ਹੋ, ਲੋਕ ਜਿਹੜਾ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਵੇਖਦੇ ਹੋ ਤੁਸੀਂ, ਜਾਂ ਲੱਗਦਾ ਕਿ ਨਹੀਂ ਜਿਹੜਾ ਬੰਦਾ 10 ਸਾਲ ਪਹਿਲਾਂ ਵੀ ਹਿੱਟ ਸੀ ਅੱਜ ਭਾਵੇਂ ਡੌਲੀ ਸਿੰਘ ਅਤੇ ਡੌਲੀ ਸਿੰਘ ਹੀ ਰਹਿਣੀ ਹੈ, ਜੇ ਉਹ ਹਿੱਟ ਗੀਤ ਸੀ ਤਾਂ ਵੀ ਉਹ ਤੁਹਾਡੇ ਹੀ ਨੇ, ਬਿਲਕੁਲ ਫਰਕ ਮਹਿਸੂਸ ਹੁੰਦਾ ਹੁੰਦਾ ਇਸ ਚੀਜ਼ 'ਚ? ਹਾਂਜੀ, ਬਹੁਤ ਹੁੰਦਾ ਫਰਕ, ਕਿਉਂਕਿ ਔਰ ਜਿਹੜੇ ਤੁਸੀਂ ਕਹਿ ਰਹੇ ਹੋ ਕਿਉਂਕਿ ਚੜ੍ਹਦੇ ਸੂਰਜ ਨੂੰ ਸਲਾਮਾਂ, ਹੈ ਨਾ, ਔਰ ਵਾਕਈ ਕਿ ਜੋ ਅੱਜ ਚੱਲ ਰਿਹਾ ਨਾ, ਵੇਖ ਰਿਹਾ ਨਾ, ਇਹ ਵਿਕਨ ਇਹ ਸਿੰਗਰ ਦੀ ਉਹ ਪ੍ਰੋਬਲਮ ਨਹੀਂ ਆ, ਇਹ ਨਹੀਂ ਅਸੀਂ ਕਹਿ ਸਕਦੇ ਕਿ ਇਹ ਸਿੰਗਰ ਗਲਤ ਗਾ ਰਿਹਾ, ਕਿਉਂਕਿ ਲੋਕ ਸੁਣਦੇ ਨੇ। ਹਾਂ, ਉਹ ਤਾਂ ਡਿਮਾਂਡ ਹੈ, ਸਪਲਾਈ ਕਰ ਰਹੇ ਨੇ ਲੋਕੀ। ਹਾਂਜੀ, ਜਦੋਂ ਲੋਕੀ ਸੁਣਨਾ ਬੰਦ ਕਰ ਦੇਣਗੇ ਨਾ, ਜਿੰਨੇ ਵੀ ਜੋ ਮਤਲਬ ਜਿਹੜੇ ਕਿ ਆਪਣੇ ਕਲਚਰ ਨਾਲ ਰਿਲੇਟਿਡ ਨਹੀਂ ਆ ਗਾਣੇ, ਜਦੋਂ ਲੋਕੀ ਸੁਣਨਾ ਬੰਦ ਕਰ ਦੇਣਗੇ, ਉਹ ਸਿੰਗਰ ਵੀ ਗਾਉਣਾ ਬੰਦ ਕਰ ਦੂਗਾ। ਜਿਹੜੀ ਜਿਹੜੇ ਗੀਤਾਂ ਦੀਆਂ ਲੋਕ ਗੱਲਾਂ ਕਰਦੇ ਹੈ, ਮੈਂ ਵੇਖਿਆ ਸਾਰੇ ਡੀਜੇ 'ਤੇ ਉਹਨਾਂ 'ਤੇ ਹੀ ਭੰਗੜਾ ਪਾਉਂਦੇ ਹੁੰਦੇ ਆ। ਹਾਂਜੀ, ਤੁਹਾਡਾ ਸੁਹਾਗ ਮੈਨੂੰ ਨਹੀਂ ਲੱਗਦਾ ਕਦੇ ਕੋਈ ਸੁਣਾਉਂਦਾ ਹੋਊ, ਮੈਨੂੰ ਸੁਣਾਓ ਜੀ, ਅੱਜ ਮੈਨੂੰ ਚੰਗਾ ਲੱਗਦਾ ਤੁਹਾਡਾ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸ ਰਹੀ। ਹਾਂਜੀ, ਮੈਂ ਸੁਣਾਉਂਦੀ। ਮੈਂ ਆਸਟ੍ਰੇਲੀਆ ਸ਼ੋਅ ਕਰਨ ਗਈ ਸੀ, ਅਤੇ ਉੱਥੇ ਜਦੋਂ ਮੈਂ ਚੜ੍ਹੀ, ਮੈਂ ਕਿਹਾ ਕਿ ਚਲੋ ਅਸੀਂ ਬੋਲੀਆਂ ਹੀ ਪਾਉਣੀਆਂ, ਬੀਟ ਗਾਣੇ ਗਾਉਣੇ ਆ ਨਾ। ਕਹਿੰਦੇ ਦੀਦੀ ਸਾਨੂੰ ਨਾ ਉਹ ਗਾਣਾ ਸੁਣਾਓ, ਮਾਹੀ ਵੇ ਸਾਨੂੰ ਭੁੱਲਣਾ ਜਾਂ। ਮੈਂ ਕਿਹਾ ਇੱਥੇ ਤੁਸੀਂ ਨੱਚੋਗੇ ਥੋੜ੍ਹੀ? ਕਹਿੰਦੇ ਨਹੀਂ ਦੀਦੀ, ਅਸੀਂ ਇੱਥੇ ਵੀ ਨੱਚ ਲਾਂਗੇ, ਤੁਸੀਂ ਗਾਓ, ਅਸੀਂ ਉਹਨੂੰ ਵੀ ਇੰਜੋਏ ਕਰ ਲਾਂਗੇ। ਹਾਂ, ਕਿਉਂਕਿ ਅਸਲ ਦੇ ਵਿੱਚ ਸੰਗੀਤ ਮਾਨਣ ਦਾ। ਹਾਂਜੀ, ਇਹ ਨਹੀਂ ਦੇਖਣਾ ਕਿ ਸੈਡ ਸੌਂਗ ਹੈ ਜਾਂ ਰੋਮਾਂਟਿਕ ਸੌਂਗ ਹੈ ਜਾਂ ਭੰਗੜੇ ਵਾਲਾ ਗਾਣਾ, ਜਿਨ੍ਹਾਂ ਨੇ ਇੰਜੋਏ ਕਰਨਾ ਉਹਨਾਂ ਨੇ ਕਿਸੇ ਵੇ ਨਾਲ ਵੀ ਕਰਨਾ। ਅਸਲ ਦੇ ਵਿੱਚ ਸੰਗੀਤ ਰੂਹ ਦੀ ਖੁਰਾਕ ਹੈ। ਹਾਂਜੀ, ਰੂਹ ਦੀ ਖੁਰਾਕ। ਹੁਣ ਤਾਂ ਕਈ ਵਾਰੀ ਰੂਹ ਤੜਫਦੀ ਹੈ ਸੁਣ ਕੇ। ਮੈਂ ਇੱਕ ਦਿਨ ਬੋਂਬੇ ਦਾ ਇੱਕ ਬਹੁਤ ਨੋਨ ਮਿਊਜ਼ਿਕ ਡਾਇਰੈਕਟਰ ਹੈ, ਉਹਨੂੰ ਮੈਂ ਕਿਸੇ ਕਲਾਕਾਰ ਦਾ ਨਾਂ ਲਿਆ, ਮੈਨੂੰ ਕਹਿੰਦਾ ਵੀਰੇ ਇਹਦਾ ਨਾਂ ਮੁੜ ਕੇ ਨਾ ਲਈ, ਕੰਨਾਂ 'ਚੋਂ ਫੋਨ ਨਿਕਲਦਾ। ਕਲਾਕਾਰ ਦਾ ਨਾਂ ਲਿਆ ਵੀ ਇਹੋ ਜਿਹੇ ਇਸ ਤਰ੍ਹਾਂ ਦੇ ਗੀਤ ਗਾਉਂਦਾ, ਪਰ ਨਾਲ ਉਹਨੇ ਸੇਮ ਇਹੀ ਗੱਲ ਕਹੀ, ਉਹ ਕਹਿੰਦਾ ਕਸੂਰਵਾਰ ਉਹ ਨਹੀਂ ਜਿਹੜੇ ਉਹਦੇ ਲਗਾਤਾਰ ਗੀਤਾਂ ਨੂੰ ਹਿੱਟ ਕਰ ਰਹੇ ਨੇ। ਹਾਂਜੀ, ਬਿਲਕੁਲ, ਚੰਗੇ ਗੀਤਾਂ ਨੂੰ ਉਹ ਪੁੱਛਦੇ ਨਹੀਂ, ਕਸੂਰਵਾਰ ਕਾਫੀ ਹੱਦ ਤੱਕ ਉਹ ਨੇ। ਤੁਸੀਂ ਇਹ ਦੇਖੋ ਕਿ ਯੂਟਿਊਬ 'ਤੇ ਫੇਕ ਲਾਈਕਸ ਕਰਵਾ ਕੇ ਅੱਜ ਕੱਲ੍ਹ ਲੋਕ ਹਿੱਟ ਹੁੰਦੇ ਆ। ਹਾਂ, ਲੋਕਾਂ ਦਾ ਪੈਮਾਨਾ ਹੀ ਹੋ ਰਿਹਾ ਜੀ। ਹਾਂਜੀ, ਪਹਿਲਾਂ ਮੈਂ
ਕਿਹਾ ਰਿਹਾ ਸੀ ਕਿ ਸੁਹਾਗ ਸੁਣਨਾ ਜੀ ਤੁਹਾਡਾ, ਬਹੁਤ ਖੂਬਸੂਰਤ। ਮੈਂ ਪਹਿਲੇ ਹੁਣ ਸੁਹਾਗ ਹੀ ਸੁਣਾਉਂਗੀ ਫਿਰ ਅਸੀਂ ਗੱਲਾਂ ਕਰਾਂਗੇ। ਮੇਰੇ ਜਿਗਰ ਦੇ ਆਤਰ ਖਾਣਾ ਗਿੱਲੀ ਲੱਕੜੀ ਦਾ ਚਰਖਾ ਬਣਾਉਣਾ, ਇਸ ਚਰਖੇ ਨੂੰ ਖੂਬ ਸਜਾਇਓ, ਇਹਦੀ ਮੇਖਾਂ ਨਾਲ ਜੜਤ ਜੜਾਇਓ, ਨੀ ਸਹੇਲੀਓ ਮੈਂ ਤੁਰ ਚੱਲੀ ਤੁਰ ਚੱਲੀ, ਮੇਰੀ ਅਮੜੀ ਤਾਂ ਰਹਿ ਗਈ ਜੇ ਕੱਲੀ, ਇਹਨਾਂ ਪੂਣੀਆਂ ਨੂੰ ਕੱਤ ਮੁਕਾਇਓ, ਰੋਂਦੀ ਅਮੜੀ ਨੂੰ ਚੁੱਪ ਕਰਾਇਓ, ਨੀ ਸਹੇਲੀਓ ਮੈਂ ਤੁਰ ਚੱਲੀ ਤੁਰ ਚੱਲੀ, ਮੇਰੀ ਉਮੜੀ ਤਾਂ ਰਹਿ ਗਈ ਜੇ ਕੱਲੀ। ਬਹੁਤ ਖੂਬ ਡੋਲੀ, ਇਹਨਾਂ ਗੀਤਾਂ ਦੇ ਕਦਰਦਾਨ ਮੈਨੂੰ ਲੱਗਦਾ ਹਾਲੇ ਵੀ ਬਹੁਤ ਲੋਕ ਨੇ। ਹਾਂਜੀ ਬਹੁਤ ਲੋਕ ਨੇ, ਪਰ ਖਰੀਦਦਾਰ ਘੱਟ ਨੇ ਮੈਨੂੰ ਲੱਗਦਾ। ਹਾਂਜੀ ਖਰੀਦਦਾਰ ਇਸ ਲਈ ਕਿ ਹੁਣ ਤਾਂ ਹੀ ਸੀਡੀਜ਼ ਵੀ ਵਿਕਣੀਆਂ ਘੱਟ ਹੋ ਗਈਆਂ, ਸਾਰਾ ਕੁਛ ਹੋ ਗਿਆ। ਦੇਖੋ ਇੱਕ ਕਲਾਕਾਰ ਬੜੇ ਔਖਾ ਹੋ ਕੇ, ਮੈਂ ਨਹੀਂ ਕਹਿ ਰਹੀ ਕਿ ਬਹੁਤ ਈਜ਼ੀਲੀ ਆ ਜਾਂਦਾ, ਬਹੁਤ ਔਖੇ ਹੋ ਕੇ ਮੈਨੂੰ ਬੱਬੂ ਮਾਨ ਦੀ ਇੱਕ ਗੱਲ ਬਹੁਤ ਵਧੀਆ ਲੱਗਦੀ ਹੈ ਕਿ ਉਹ ਜਿੱਥੇ ਵੀ ਜਾਂਦੇ ਨੇ ਨਾ, ਅਤੇ ਵੈਸੇ ਰੇਡੀਓ 'ਤੇ ਕਹਿੰਦੇ ਗਾਣਾ ਸੁਣਾਓ, ਅਤੇ ਉਹਨਾਂ ਨੇ ਕਿਹਾ ਮੈਂ ਗਾਣਾ ਕਿਉਂ ਸੁਣਾਵਾਂ, ਪਰ ਉਹ ਵੀ ਸੱਚੇ ਸੀ। ਕਿਉਂ? ਇਸ ਲਈ ਕਿ ਉਹਨਾਂ ਕਿਹਾ ਕਿ ਦੇਖੋ ਅਸੀਂ ਮਿਊਜ਼ਿਕ ਪਹਿਲੇ ਰਾਈਟਰ ਕੋਲ ਜਾਂਦੇ ਹਾਂ, ਉਹ ਆਪਣੇ ਪੈਸੇ ਲੈਂਦੇ ਨੇ ਅਤੇ ਸਾਨੂੰ ਗਾਣਾ ਦਿੰਦੇ, ਫਿਰ ਅਸੀਂ ਮਿਊਜ਼ਿਕ ਡਾਇਰੈਕਟਰ ਕੋਲ ਜਾਂਦੇ ਹਾਂ, ਉਹ ਵੀ ਪਹਿਲੇ ਪੈਸੇ ਰੱਖਦੇ ਨੇ ਫਿਰ ਮਾਸਟਰ ਦਿੰਦੇ ਨੇ, ਫਿਰ ਵੀਡੀਓ ਡਾਇਰੈਕਟਰ, ਫਿਰ ਅਸੀਂ ਟੀਵੀ ਚੈਨਲ 'ਤੇ ਜਾਂਦੇ ਹਾਂ। ਸਿੰਗਰ ਨੂੰ ਤਾਂ ਕੁਛ ਵੀ ਨਹੀਂ ਮਿਲਦਾ, ਸਿੰਗਰ ਨੂੰ ਇਹੀ ਆ ਕਿ ਜੋ ਸ਼ੋਜ਼ ਮਿਲ ਜਾਣ ਜਾਂ ਸ਼ੋਆਂ ਤੋਂ ਆਪਣੀ ਕਮਾਈ ਕਰ ਲੈਣ। ਠੀਕ ਹੈ, ਇਸ ਲਈ ਸਾਡੇ ਲੋਕਾਂ ਦੀ ਬੜੀ ਮਿਹਨਤ ਲੱਗਦੀ ਹੈ ਇੱਥੋਂ ਤੱਕ ਆਉਣ ਦੀ। ਨਾਲੇ ਹਰ ਕੋਈ ਵਿਅਕਤੀ ਕਲਾਕਾਰ ਨਹੀਂ ਬਣ ਸਕਦਾ ਸਰ, ਹਰ ਕੋਈ ਨਹੀਂ। ਔਰ ਇਸ ਇਹੀ ਤਾਂ ਕਹਿ ਰਹੀ ਹੈ ਕਿ ਇਸ ਲਾਈਨ 'ਚ ਸਟਰਗਲ ਬਹੁਤ ਆ। ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਗਾਇਆ ਵੇਖਿਆ ਅਤੇ ਗਾਉਣਾ ਸ਼ੁਰੂ, ਹਾਂ ਗਾਉਣਾ ਸ਼ੁਰੂ ਕਰ ਦਈਏ ਇਸ ਤਰ੍ਹਾਂ। ਕਿਉਂਕਿ ਜਦੋਂ ਅਸੀਂ ਮੈਂ ਛੋਟੀ ਸੀ ਨਾ, ਤਾਂ ਮੇਰੇ ਮਾਮਾ ਦੇਖਦੇ ਸੀ ਮੈਡਮ ਰੇਸ਼ਮਾ ਨੂੰ, ਨੂਰ ਜਹਾਂ, ਮੈਡਮ ਨੂਰ ਜਹਾਂ, ਨਾ ਉਹਨਾਂ ਨੂੰ ਸੁਣਨਾ। ਮਾਮਾ ਨੇ ਕਹਿਣਾ ਬੇਟਾ ਮੇਰਾ ਵੀ ਦਿਲ ਕਰਦਾ ਤੂੰ ਉੱਥੇ ਟੀ ਵੀ 'ਚ ਜਾ। ਅਸੀਂ ਕਹਿਣਾ ਮਾਮਾ ਆਪਾਂ ਇੱਦਾਂ ਤਾਂ ਹੈ ਹੀ ਨਹੀਂ, ਅਸੀਂ ਟੀ ਵੀ ਤੋੜ ਕੇ ਚਲੇ। ਉਦੋਂ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਟੀ ਵੀ ਤੋੜੀਏ, ਅਸੀਂ ਮਾਮਾ ਇੱਦਾਂ ਤਾਂ ਹੈ ਨਹੀਂ ਟੀ ਵੀ ਤੋੜੀਏ, ਪਹਿਲਾਂ ਤਾਂ ਤੁਹਾਡਾ ਟੀ ਵੀ ਤੋੜਿਆ ਫਿਰ ਤੁਸੀਂ ਕਹਿਣਾ ਟੀ ਵੀ ਤੋੜ। ਸੋ ਬੜਾ ਔਖਾ ਆ ਇਸ ਲਾਈਨ ਦੇ ਵਿੱਚ। ਜਦੋਂ ਤੁਸੀਂ ਸ਼ੁਰੂਆਤ ਕੀਤੀ ਉਡੀਕਾਂ ਆਈ ਜਾਂ ਬਾਕੀ ਐਲਬਮਸ ਤੁਹਾਡੀਆਂ ਆਈਆਂ, ਉਹਨਾਂ ਵੇਲਿਆਂ ਦੇ ਵਿੱਚ ਉਦੋਂ ਵੀ ਕੋਲੋਂ ਹੀ ਸਾਰੀ ਇਨਵੈਸਟਮੈਂਟ ਕਰਨੀ ਪੈਂਦੀ ਸੀ ਜਾਂ ਉਦੋਂ ਕੰਪਨੀਆਂ ਲਾ ਦਿੰਦੀਆਂ ਸੀ? ਨਹੀਂ ਉਦੋਂ ਮਤਲਬ ਮੇਰਾ ਜਿੰਨਾ ਵੀ ਸੀ ਉਹ ਕੰਪਨੀ ਨੇ ਲਗਾਇਆ ਸੀ, ਜਿੰਨੇ ਵੀ ਸਿੰਗਰ ਸੀ। ਅੱਛਾ, ਸਾਰੇ ਅਸੀਂ ਜੋ ਵੀ ਸਾਡੀ ਟੀਮ ਸੀ ਕੰਪਨੀ ਨੇ ਕੀਤਾ। ਸਾਨੂੰ ਕੋਈ ਟੈਨਸ਼ਨ ਨਹੀਂ ਸੀ ਕਿ ਰਾਈਟਰ ਨੂੰ ਦੇਣੇ ਆ ਜਾਂ ਕਿ ਇੱਦਾਂ ਦਾ ਗਾਣਾ ਲੈਣਾ ਜਾਂ ਕੀ ਕਰਨਾ। ਗੀਤ ਵੀ ਤੁਸੀਂ ਸਿਲੈਕਟ ਨਹੀਂ ਸੀ ਕਰਦੇ? ਨਹੀਂ, ਗੀਤ ਮੇਰੀ ਆਵਾਜ਼ ਦੇ ਅਕੋਰਡਿੰਗ ਗੀਤ ਸਿਲੈਕਟ ਹੋਏ, ਬਟ ਮੇਰੀ ਇੱਕ ਡਿਮਾਂਡ ਹੁੰਦੀ ਸੀ ਕਿ ਮੈਂ ਵੀਡੀਓ ਸਾਫ਼ ਸੁਥਰਾ ਕਰੂੰਗੀ। ਅੱਛਾ, ਮੈਂ ਇਸ ਤਰ੍ਹਾਂ ਨਹੀਂ ਕਿ ਉਹ ਕੋਈ ਵਲਗੈਰਿਟੀ ਉਹਦੇ 'ਚ ਲੈ ਕੇ ਆਵਾਂ ਜਾਂ ਮੇਰੇ ਕੋਲ ਤੁਸੀਂ ਕੋਈ ਵੀ ਉਹ ਕਰਵਾ ਲਓ, ਮੈਂ ਇਸ ਤਰ੍ਹਾਂ ਕੁਛ ਨਹੀਂ ਕਰੂੰਗੀ। ਬਸ ਮੇਰੇ ਸਿੰਪਲ ਕਿ ਜਿਹੜੀ ਫੈਮਲੀ ਬੈਠ ਕੇ ਦੇਖ ਸਕੇ, ਇਸ ਤਰ੍ਹਾਂ ਦਾ ਮੈਂ ਕਰੂੰਗਾ। ਤੇ ਕਦੀ ਕਦੀ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ? ਨਹੀਂ, ਕਿਸ ਕਦੀ ਵੀ ਨਹੀਂ ਹੋਏ। ਜੋ ਚੰਗਾ ਲੱਗਦਾ ਤੁਸੀਂ ਉਹੀ, ਜੋ ਮੈਨੂੰ ਚੰਗਾ, ਹਾਂਜੀ ਗਾਉਣ ਦਾ ਵੀ ਕਿ ਹਾਂ ਜੋ ਮੈਨੂੰ ਗਾਣਾ ਅੱਛਾ ਲੱਗ ਰਿਹਾ ਉਹੀ ਗਾਣੇ ਹੋਏ ਕਿ ਜੋ ਮੇਰੀ ਆਵਾਜ਼ ਨੂੰ ਸੂਟ ਕਰਦੇ ਪਏ। ਅੱਛਾ, ਕਦੇ ਕੋਈ ਇਸ ਤਰ੍ਹਾਂ ਦਾ ਵੀ ਹੋਇਆ ਕਿ ਤੁਹਾਨੂੰ ਕੋਈ ਗੀਤ ਚੰਗਾ ਲੱਗਦਾ ਹੋਵੇ ਸਿਲੈਕਸ਼ਨ 'ਚੋਂ, ਕਹਿੰਦੇ ਨਹੀਂ ਇਹ ਸ਼ੀਰਾ ਗਾ ਲੈਂਦਾ, ਮੇਲ ਕਲਾਕਾਰ ਗਾ ਲੈਂਦਾ? ਹਾਂਜੀ ਇਸ ਤਰ੍ਹਾਂ ਬਹੁਤ ਹੋਇਆ। ਹਾਂਜੀ, ਕਿਉਂ ਗੀਤ ਉਹਨਾਂ ਕੋਲ ਜਾ ਕੇ ਫਿਰ ਬਹੁਤ ਹਿੱਟ ਹੋਇਆ ਹੋਵੇ? ਨਹੀਂ ਇੱਦਾਂ ਨਹੀਂ ਸੀ, ਫਿਰ ਹਿੱਟ ਨਹੀਂ ਸੀ, ਫਿਰ ਹਿੱਟ ਨਹੀਂ ਸੀ ਹੁੰਦੇ। ਅੱਛਾ, ਅਤੇ ਇੱਕ ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀ ਗੁਰਬਾਵਾ। ਹਾਂ ਗੁਰਬਾਵਾ, ਗੁਰਬਾਵਾ ਕਾਲੀ ਤੰਗ ਪਜਾਮੀ ਕੁੜਤੀ ਲਾਲ, ਜਦੋਂ ਉਹਦਾ ਮੈਟਰ ਸਿਲੈਕਟ ਹੁੰਦਾ ਸੀ ਨਾ, ਅਤੇ ਇੱਕ ਤਾਂ ਉਹ ਬਹੁਤ ਵਧੀਆ ਗਾਉਂਦਾ ਸੀ, ਹੈਨਾ, ਉਹਦਾ ਮੈਟਰ ਸਿਲੈਕਟ ਹੋਇਆ ਅਤੇ ਮੈਂ ਕਿਹਾ ਬਚਨ ਜੀ ਨੂੰ ਕਿਹਾ ਸਰ ਪਲੀਜ਼ ਜੇ ਮੇਰਾ ਗਾਣਾ ਹੁੰਦਾ ਨਾ ਤਾਂ ਮੈਂ ਗਾਉਂਦੀ।
ਨਿੱਕੇ ਹੁੰਦੇ ਅਸੀਂ ਕਿਤੇ ਸੁਣੀ ਸੀ ਕਹਾਣੀ, ਦੋ ਸੀ ਪਰਿੰਦੇ ਬੈਠੇ ਪਿਆਰ ਵਾਲੀ ਟਾਣੀ, ਇੱਕ ਉੱਡਿਆ ਤੇ ਇੱਕ ਇਕੱਲਾ ਰਹਿ ਗਿਆ, ਨੀ ਅੱਡੋ ਅੱਡ ਰਾਹ ਹੋ ਗਿਆ। ਤੇਰੀ ਯਾਦ ਚ ਗਵਾਚੇ ਜਿਹੇ ਰਹਿਣ ਦਾ ਨੀ ਸਾਡਾ ਵੀ ਸੁਭਾਅ ਹੋ ਗਿਆ। ਕਹੀਦਾ ਸੀ ਕਿ ਇਹਨੇ ਤਾਂ ਪਤਾ ਨਹੀਂ ਗਾਉਣੇ ਕਿ ਨਹੀਂ, ਮੈਨੂੰ ਦੇ ਦਿਓ, ਮੈਨੂੰ ਦੇ ਦਿਓ ਗਾਣਾ, ਨਹੀਂ ਮਿਲਿਆ। ਪਰ ਉਹਨਾਂ ਦਾ ਗੀਤ ਵੀ ਕਾਫੀ ਹਿੱਟ ਹੋਇਆ ਸੀ ਜੀ। ਹਾਂਜੀ, ਬਹੁਤ ਹਿੱਟ ਹੋਏ ਸੀ ਉਹਨਾਂ ਦੇ ਵੀ ਗਾਣੇ। ਸੋ ਜਿੰਨੇ ਵੀ ਸੀ ਐਕਚੁਅਲੀ ਉਦੋਂ ਇਹ ਟਾਈਮ ਨਹੀਂ ਸੀ ਕਿ ਜੋ ਅੱਜ ਗਾਣੇ ਚੱਲ ਰਹੇ ਨੇ, ਪਰ ਹੁਣ ਤੁਸੀਂ ਇਹ ਵੀ ਦੇਖੋ ਕਿ ਹੁਣ ਜੋ ਗਾਣੇ ਚੱਲ ਰਹੇ ਨੇ, ਬਸ ਉਹਨਾਂ ਦੀ ਉਹ ਲੌਂਗ ਲਾਈਫ, ਉਹਨਾਂ ਦੀ ਉਮਰ ਮੇਰਾ ਖਿਆਲ ਕੁਛ ਘੰਟਿਆਂ ਦੀ ਹੈ। ਹਾਂਜੀ ਬਿਲਕੁਲ, ਘੰਟੇ ਕੁਛ ਇੱਕ ਮੇਰੇ ਖਿਆਲ ਨਾਲ ਉਹਨਾਂ ਦੀ ਲਾਈਫ ਹੀ ਨਹੀਂ ਹੈ ਗਾਣੇ, ਕਿਉਂਕਿ ਹੁਣ ਜੇ ਤੁਸੀਂ ਦੱਸ ਰਹੇ ਹੋ, ਤੁਸੀਂ ਦੱਸ ਰਹੇ ਹੋ ਕਿ ਉਡੀਕਾਂ ਤੋਂ ਬਾਅਦ ਨੱਚੂਗੀ ਤੇਰੇ ਨਾਲ, ਤੁਸੀਂ 2 ਸਾਲ ਬਾਅਦ ਐਲਬਮ ਕੀਤੀ, ਇਟ ਮੀਨਸ 2 ਸਾਲ ਤੁਹਾਡੇ ਗੀਤ ਲੋਕ ਮਾਣਦੇ ਰਹੇ ਤੇ ਅੱਜ ਵੀ ਚੇਤੇ ਨੇ। ਤੇ ਹੁਣ ਤੇ ਮੈਂ ਇਹਨਾਂ ਕਲਾਕਾਰਾਂ ਨੂੰ ਪੁੱਛੀਦਾ ਵੀ ਕਿੰਨੀ ਦੇਰ, ਉਹ ਕਹਿੰਦੇ ਜੇ ਮਹੀਨੇ ਬਾਅਦ ਗੀਤ ਨਾ ਕਰੀਏ ਜੀ ਲੋਕ ਸਾਨੂੰ ਭੁੱਲ ਜਾਂਦੇ ਨੇ, ਭੁੱਲ ਜਾਂਦੇ ਨੇ। ਹਾਂਜੀ, ਇਹਦਾ ਮਤਲਬ ਇੱਕ ਮਹੀਨਾ ਵੀ ਗੀਤ ਦੀ ਉਮਰ ਨਹੀਂ ਰਹੀ। ਨਹੀਂ, ਇੱਕ ਮਹੀਨਾ ਤੇ ਬਹੁਤ ਦੇਰ ਦੀ ਗੱਲ ਹੈ, ਬਹੁਤ। ਇਹਦਾ ਕਾਰਨ ਕੀ ਹੈ ਜੀ, ਗੀਤਾਂ ਤੇ ਮਿਹਨਤ ਨਹੀਂ ਹੁੰਦੀ ਜਾਂ ਕੋਈ ਹੋਰ ਕਾਰਨ? ਅੱਜ ਕੱਲ੍ਹ ਲੋਕ ਸਿਆਣੇ ਹੋ ਗਏ, ਕਿਉਂਕਿ ਲੋਕਾਂ ਦੀ ਵੀ ਪਸੰਦ ਇੱਕਦਮ। ਹੁਣ ਜੇ ਮੈਂ ਕਹਾਂ ਕਿ ਮੈਂ ਵਿੱਚ ਫਿਰ ਇਸ ਤਰ੍ਹਾਂ ਦਾ ਗਾਣਾ, ਬਟ ਐਸੀ ਗੱਲ ਨਹੀਂ ਆ, ਮੇਰੀ ਆਡੀਅੰਸ ਵੀ ਅਜੇ ਹੈਗੀ ਆ, ਬਹੁਤ ਲੋਕ ਪਸੰਦ ਕਰਦੇ ਨੇ ਅਜੇ ਵੀ। ਜਿੱਥੇ ਆਹ ਗਾਣਾ ਆ ਜਾਏ ਨਾ, ਹੋ ਦਿਨ ਚੜ੍ਹਦੇ ਤੋਰਾਵਾਂ ਵੇਖਾਂ, ਪਾ ਬੈਨੀਆਂ ਸ਼ਾਮਾਂ ਵੇ, ਮਿੰਨਤਾਂ ਕਰੇ ਦੀ ਥੱਕ ਗਈਆਂ ਮੈਂ, ਸੋਹਣਿਆ ਬੁਲਾਵਾਂ, ਵਿੱਚੋਂ ਵਿੱਚ ਰਵਾਂ ਸੜਦੀ ਮੈਂ, ਵਿੱਚੋਂ ਵਿੱਚ ਰਵਾਂ ਸੜਦੀ ਜਿਵੇਂ ਸੜਦੀ ਕੜਾਈ ਵਿੱਚ ਰੇਤ, ਮੇਰਿਆ ਹਾੜੀਆਂ ਦੇਵੇ ਨਾ ਦਿਲ ਵਾਲਾ ਪੇਤ। ਜਦੋਂ ਗਾਣੇ ਦਾ ਜ਼ਿਕਰ ਹੁੰਦਾ ਹੈ ਨਾ, ਜਿੱਥੇ ਮੇਰੇ ਨਾਮ ਦਾ ਜ਼ਿਕਰ ਹੁੰਦਾ ਉੱਥੇ ਬੱਤੀਆਂ ਬੁਝਾਈ ਰੱਖਦੀ ਦਾ। ਪਰ ਹੁਣ ਮੈਂ ਇਹ ਹੈਗਾ ਕਿ ਮੈਂ ਅਜੇ ਤੁਹਾਡਾ ਗਾਣਾ ਨਹੀਂ ਗਾਇਆ, ਉਹ ਜ਼ਰੂਰ ਗਾਉਂਗੀ ਅਜੇ। ਧੰਨ ਭਾਗ ਮੇਰੇ, ਮੈਨੂੰ ਵੀ ਲੱਗਦਾ ਕਿ ਡੌਲੀ ਸਿੰਘ ਮੇਰਾ ਗੀਤ ਗਾ ਲੈਣਗੇ। ਨਹੀਂ ਨਹੀਂ ਬਿਲਕੁਲ, ਕਿਉਂ ਨਹੀਂ ਗਾਉਂਗੀ, ਤੁਹਾਡੀ ਰਾਈਟਿੰਗ ਬਹੁਤ ਵਧੀਆ ਹੈ, ਤੁਸੀਂ ਬਹੁਤ ਵਧੀਆ ਲਿਖਦੇ ਹੋ। ਮੈਂ 2004 ਤੋਂ ਵੀ ਸੋਚਦੀ ਸੀ ਕਿ ਮੈਂ ਗਾਵਾਂ ਤੁਹਾਡਾ ਗਾਣਾ, ਪਰ ਇਹ ਹੈ ਕਿ ਬਾਈ ਚਾਂਸ ਸਾਡਾ ਸਬੱਬ ਨਹੀਂ ਬਣ ਸਕਿਆ, ਨਹੀਂ ਬਣ ਸਕਿਆ। ਹਾਂਜੀ, ਚਲੋ ਹੁਣ ਆਪਾਂ ਦਰਸ਼ਕਾਂ ਦੇ ਸਾਹਮਣੇ ਵਾਅਦਾ ਕਰਦੇ ਹਾਂ, ਵੈਰੀ ਸੂਨ ਅਸੀਂ ਤੁਹਾਨੂੰ ਕੋਈ ਨਵਾਂ ਵਧੀਆ ਗੀਤ ਦੇਣ ਦੀ ਕੋਸ਼ਿਸ਼ ਕਰਾਂਗੇ। ਡੋਲੀ, ਮੈਨੂੰ ਇਹ ਦੱਸੋ, ਜਦੋਂ ਤੁਸੀਂ ਲਗਾਤਾਰ ਕੰਮ ਕਰਦੇ ਰਹੇ, ਰੁੱਝੇ ਰਹਿੰਦਾ ਇਨਸਾਨ, ਜਿਹੜੀਆਂ ਉਹ ਸਹੇਲੀਆਂ ਨਾਲ ਪੜ੍ਹੀਆਂ, ਹਾਂਜੀ, ਜਿਹਨਾਂ ਤੁਸੀਂ ਜੇਠੂਵਾਲ ਦੇ ਵਿੱਚ ਨਾਲ ਪੜ੍ਹੀਆਂ, ਆਲੇ ਦੁਆਲੇ ਕਾਲਜ ਸਕੂਲ ਦੇ ਵਿੱਚ ਸਹੇਲੀਆਂ ਸਾਰੀਆਂ ਸਹੇਲੀਆਂ, ਹਾਂਜੀ, ਉਹ ਫਿਰ ਤੁਸੀਂ ਮੋਹਾਲੀ ਆ ਗਏ, ਰਾਬਤਾ ਰਿਹਾ ਜਾਂ ਫਿਰ ਇੱਕ ਤੁਸੀਂ ਸਟਾਰ ਵੀ ਬਣ ਗਏ ਸੀ? ਨਹੀਂ, ਜਦੋਂ ਮੈਂ ਨਹੀਂ, ਫਿਰ ਉਹਨਾਂ ਨਾਲ ਮੇਰਾ ਕੱਟ ਆਫ ਹੋ ਗਿਆ ਕਾਲਜ ਤੋਂ ਬਾਅਦ, ਹੈ ਨਾ। ਫਿਰ ਕੀ ਹੋਇਆ, ਜਦੋਂ ਮੈਂ ਸਿੰਗਰ ਬਣ ਗਈ, ਫਿਰ ਜੁੜ ਗਈ, ਫਿਰ ਜਿੰਨੀਆਂ ਮੇਰੀਆਂ ਸਹੇਲੀਆਂ ਸੀ ਉਹਨਾਂ ਨੇ ਫੇਸਬੁੱਕ 'ਤੇ ਲੱਭਿਆ, ਫਿਰ ਮੈਨੂੰ ਕਾਲ ਕਰਨੀ, ਫਿਰ ਇਹ ਸੀ ਕਿ ਮੈਂ ਜਿੰਨੀਆਂ ਸਹੇਲੀਆਂ ਸੀ ਉਹਨਾਂ ਦੇ ਬੱਚਿਆਂ ਦੀ ਉਹਨੀ ਮਾਸੀ ਬਣ ਗਈ। ਅੱਛਾ, ਕੀ ਬੇਟਾ, ਉਹ ਦੇਖੋ ਤੁਹਾਡੀ ਮਾਸੀ ਆ, ਤੁਹਾਡੀ ਮਾਸੀ ਆ, ਉਹ ਸਿੰਗਰ ਹੈ ਨਾ, ਉਹ ਤੁਹਾਡੀ ਮਾਸੀ ਆ। ਸਾਰਿਆਂ ਨੇ ਕਹਿਣਾ, ਨਹੀਂ ਮੰਮਾ ਤੁਸੀਂ ਝੂਠ ਬੋਲਦੇ, ਫਿਰ ਤੁਸੀਂ ਗੱਲ ਕਰੋ ਉਹਨਾਂ ਨਾਲ, ਜੇ ਸਾਡੀ ਮਾਸੀ ਹੈ ਤੁਸੀਂ ਗੱਲ ਕਰਵਾਓ ਸਾਡੀ ਉਹਨਾਂ ਨਾਲ। ਸੋ ਬੜਾ ਚੰਗਾ ਲੱਗਦਾ ਸੀ, ਬਟ ਮੈਨੂੰ ਇਹ ਹੈ ਕਿ ਮੈਂ ਆਪਣੀ ਲਾਈਫ ਵਿੱਚ ਬਹੁਤ ਲਾਈਵਲੀ ਹਾਂ। ਅੱਛਾ, ਇੱਕ ਹੋਰ ਦੱਸੋ ਮੈਨੂੰ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹਾਂਜੀ, ਕੋਈ ਸਨੈਪਚੈਟ 'ਤੇ ਦੇਖੀ ਜਾ ਬੈਠਾ, ਕੋਈ ਇੰਸਟਾ 'ਤੇ, ਕੋਈ ਫੇਸਬੁੱਕ 'ਤੇ, ਕੋਈ ਕਿਤੇ ਕੋਈ ਕਿਤੇ, ਤੁਸੀਂ ਕਿੰਨਾ ਕੁ ਸੋਸ਼ਲ ਮੀਡੀਆ 'ਤੇ ਬਿਜ਼ੀ ਰਹਿੰਦੇ ਹੋ? ਨਹੀਂ, ਮੈਂ ਸਨੈਪਚੈਟ ਸ਼ਾਇਦ ਆਈਡੀ ਬਣਾਈ ਹੋਵੇ, ਬਟ ਮੈਂ ਕਦੀ ਯੂਜ਼ ਨਹੀਂ ਕੀਤੀ, ਦਿਲ ਹੀ ਨਹੀਂ ਕਰਦਾ, ਮੈਨੂੰ ਲੱਗਦਾ ਕਿ ਇਹ ਜ਼ਿਆਦਾ ਵਿਖਾਵਾ ਆ। ਅੱਛਾ, ਹਾਂਜੀ, ਬਟ ਸਾਰੇ ਕਹਿਣਗੇ ਤੁਸੀਂ ਨਹੀਂ ਨਹੀਂ ਸੋਸ਼ਲ ਮੀਡੀਆ 'ਤੇ ਤੁਸੀਂ ਲਾਈਵ ਹੋਇਆ ਕਰੋ, ਗਾਇਆ ਕਰੋ। ਫੇਸਬੁੱਕ ਯੂਜ਼ ਕਰਦੀ ਹਾਂ, ਉੱਥੇ ਕਦੀ ਕਦੀ ਲਾਈਵ ਹੋ ਜਾਂਦੀ ਹਾਂ। ਸੋ ਮੈਂ ਕਦੀ ਆ ਸਨੈਪਚੈਟ ਜਾਂ ਇੱਦਾਂ ਕੁਛ ਨਹੀਂ ਹੈ, ਇੰਸਟਾ ਵਗੈਰਾ ਤੇ ਨਹੀਂ, ਇੰਸਟਾਗ੍ਰਾਮ ਹੈ ਬਟ ਬਹੁਤ ਘੱਟ। ਕਿਉਂ ਨਹੀਂ, ਕਿਉਂਕਿ ਅੱਜ ਤਾਂ ਮੈਂ ਵੇਖਿਆ ਬਹੁਤ ਸਾਰੇ ਕਲਾਕਾਰ ਤਾਂ ਤੁਸੀਂ ਤਾਂ ਸੁਪਰ ਡੁਪਰ ਹਿੱਟ ਰਹੇ, ਕਈ ਕਲਾਕਾਰ ਸਿਰਫ ਸੋਸ਼ਲ ਮੀਡੀਆ ਨਹੀਂ ਹਿੱਟ ਕਰ ਦਿੱਤੇ ਜੀ। ਬਿਲਕੁਲ, ਹਾਂਜੀ, ਇਹਨਾਂ ਨੇ ਵੀ ਇੱਥੇ ਵੀ ਲੱਗਦਾ ਹੁੰਦਾ ਕਿ ਹਾਂ ਅਸੀਂ ਵੀ ਕਰੀਏ ਕਰਾਂ, ਬਟ ਉਹ ਪਤਾ ਨਹੀਂ,
ਦਿਲ ਹੀ ਨਹੀਂ ਕਰਦਾ ਕਿ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਕਰੋ ਜਾਂ, ਪਰ ਹੁਣ ਸੋਚਦੀ ਹਾਂ ਇਹ ਤੇ ਤੁਸੀਂ ਵੀ ਉਹ ਕਰ ਲਿਆ ਸਵਾਲ, ਹੁਣ ਸੋਚਦੀ ਹਾਂ ਮੈਂ ਕਰਦੀ ਹਾਂ। ਡੋਲੀ ਜੀ ਮੈਨੂੰ ਇਹ ਦੱਸੋ, ਜਦੋਂ ਤੁਸੀਂ ਇਸ ਫੀਲਡ ਨੂੰ ਅਪਣਾ ਲਿਆ, ਇਸ ਫੀਲਡ ਦੇ ਵਿੱਚ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਬਹੁਤ ਸਾਰੇ ਕਲਾਕਾਰ ਤਾਂ ਕੁਛ ਭੈਟ ਕਰਦੇ ਆ, ਤੁਹਾਨੂੰ ਤਾਂ ਜਨੂੰਨ ਸੀ, ਪਰਿਵਾਰ ਵੱਲੋਂ ਹੱਲਾਸ਼ੇਰੀ ਸੀ, ਬਚਪਨ ਤੋਂ ਹੀ ਤੁਸੀਂ ਗਾਉਂਦੇ ਸੀ, ਅਤੇ ਜਲੰਧਰ ਦੂਰਦਰਸ਼ਨ ਨੇ ਤੁਹਾਨੂੰ ਕਿਹਾ ਕਿ ਨਹੀਂ ਸਿਲੈਕਟ ਕੀਤਾ ਪ੍ਰਵਾਨਿਤ ਉਸ ਦੇ ਵਿੱਚੋਂ, ਫਿਰ ਤੁਸੀਂ ਅੱਗੇ ਕੈਸਟ ਯੁੱਗ ਵੱਲ ਵਧੇ। ਪਰ ਅੱਜ ਦੇ ਜ਼ਮਾਨੇ ਦੇ ਵਿੱਚ ਤਾਂ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਲੋਕ ਹਿੱਟ ਹੋ ਜਾਂਦੇ ਨੇ, ਤੁਸੀਂ ਹਾਲੇ ਉਸ ਤੋਂ ਦੱਸ ਰਹੇ ਹੋ ਕਿ ਥੋੜ੍ਹੇ ਅਵੇਸਲੇ ਹੋ। ਹਾਂਜੀ। ਪਰ ਹੁਣ ਇਹ ਮੈਨੂੰ ਦੱਸੋ ਕਿ ਕਿਹੜੇ ਕਲਾਕਾਰ ਨੂੰ ਜ਼ਿਆਦਾ ਤੁਸੀਂ ਫੋਲੋ ਕਰਦੇ ਹੋ ਅੱਜ ਵੀ, ਕਿਸ ਨੂੰ ਜ਼ਿਆਦਾ ਸੁਣਦੇ ਹੋ ਅੱਜ ਦੀ ਡੇਟ ਦੇ ਵਿੱਚ? ਹਾਂਜੀ, ਕਿਹੜੇ, ਭਾਵੇਂ ਕੋਈ ਪੁਰਾਣਾ ਵੀ ਹੋਵੇ। ਮੈਂ ਹਰ ਚੰਗਾ ਗਾਉਣ ਵਾਲੇ ਨੂੰ ਮੈਂ ਦੇਖਦੀ ਹਾਂ, ਸੁਣਦੀ ਹਾਂ ਮੈਂ ਕਿ ਹਾਂ ਵਾਕਈ ਇਹ ਬਹੁਤ ਵਧੀਆ ਗਾ ਰਿਹਾ, ਕਿਉਂਕਿ ਜਦੋਂ ਅਸੀਂ ਮਿਊਜ਼ਿਕ ਲਗਾਇਆ ਹੁੰਦਾ ਨਾ ਜਦੋਂ ਮੈਂ, ਜਾਂ ਕੁਛ ਟੀ ਵੀ ਵੀ ਚੱਲ ਰਿਹਾ ਹੁੰਦਾ ਕੁਛ, ਕਿਉਂਕਿ ਕਿਸੇ ਟਾਈਮ ਅਸੀਂ ਦੇਖਦੇ ਨਹੀਂ ਪਰ ਸੁਣ ਰਹੇ ਹੁੰਦੇ ਹਾਂ, ਹੈ ਨਾ, ਅਸਲ ਦੇ ਵਿੱਚ ਜਦੋਂ ਕੋਈ ਚੰਗਾ, ਹਾਂਜੀ ਜਦੋਂ ਕੋਈ ਚੰਗਾ ਗਾ ਰਿਹਾ ਹੁੰਦਾ ਨਾ ਫਿਰ ਮੈਂ ਉਹਨੂੰ ਸਪੈਸ਼ਲੀ ਦੇਖਦੀ, ਵਾਹ ਕਿੰਨਾ ਅੱਛਾ ਗਾ ਰਿਹਾ, ਕਿੰਨਾ ਵਧੀਆ ਗਾ ਰਿਹਾ, ਕਿੰਨੀ ਅੱਛੀ ਆਵਾਜ਼ ਆ। ਸੋ ਜੇ ਤੁਸੀਂ ਹੁਣ ਮੈਂ ਪਾਰਟੀਕੁਲਰ ਨਹੀਂ ਸੁਣਦੇ? ਨਹੀਂ ਪਾਰਟੀਕੁਲਰ ਨਹੀਂ, ਨਹੀਂ ਮਹਿੰਦੀ ਹਸਨ ਸਾਹਿਬ ਨੂੰ ਸੁਣਦੀ ਹਾਂ, ਗੁਲਾਮ ਅਲੀ ਸਾਹਿਬ ਨੂੰ ਸੁਣਦੀ ਹਾਂ, ਚੰਗੇ ਲੋਕਾਂ ਨੂੰ। ਹਾਂਜੀ। ਅੱਛਾ, ਕਦੇ ਕਦੇ ਕਿਸੇ ਗੱਲ ਦਾ ਝੋਰਾ ਹੁੰਦਾ ਕਿ ਮੈਂ ਜੇ ਆਹ ਕਰ ਲੈਂਦੀ ਤਾਂ ਆਹ ਹੋ ਜਾਣਾ ਸੀ, ਆਹ ਕਿਉਂ ਨਹੀਂ ਕੀਤਾ, ਕਦੇ ਦਿਲ 'ਚ ਹੈ ਕੁਛ ਇੱਦਾਂ? ਨਹੀਂ ਇੱਦਾਂ ਕੁਛ ਨਹੀਂ। ਨਹੀਂ ਨਹੀਂ, ਮੈਨੂੰ ਸਾਰੇ ਕਹਿ ਰਹੇ, ਮੈਂ ਦੱਸਦੀ ਹਾਂ, ਮੈਨੂੰ ਸਾਰੇ ਕਹਿੰਦੇ ਕਿ ਤੁਸੀਂ ਬਾਲੀਵੁੱਡ 'ਚ ਕਿਉਂ ਨਹੀਂ ਗਏ, ਤੁਸੀਂ ਪਲੇਬੈਕ ਸਿੰਗਿੰਗ ਵਰਗੀ, ਪਲੇਬੈਕ ਸਿੰਗਿੰਗ 'ਚ ਕਿਉਂ ਨਹੀਂ ਗਏ। ਮੈਨੂੰ ਮੌਕੇ ਮਿਲੇ ਜਦੋਂ ਮੈਂ ਕੈਟਰੈਕ 'ਚ ਆਈ, ਸਟਾਰਟਿੰਗ 'ਚ ਮੈਨੂੰ ਮੌਕੇ ਮਿਲੇ, ਬੋਂਬੇ ਤੋਂ ਡਾਇਰੈਕਟਰ ਆਉਂਦੇ ਸੀ, ਉਹ ਬੋਲਦੇ ਸੀ ਕਿ ਤੁਹਾਡੀ ਆਵਾਜ਼ ਬਹੁਤ ਅੱਛੀ ਹੈ, ਬਟ ਉਹ ਨਾਲ ਹੀ ਕਹਿ ਦਿੰਦੇ ਸੀ ਪਰ ਜਿਸ ਤਰ੍ਹਾਂ ਅਸੀਂ ਕਵਾਂਗੇ ਉੱਦਾਂ ਕਰਨਾ ਪਊਗਾ। ਫਿਰ ਤੁਸੀਂ ਸਟੈਪ ਬੈਕ ਕਰ ਲੈਂਦੇ ਸੀ? ਫਿਰ ਮੈਂ ਗੌਰਵ ਭਾਅ ਜੀ ਨੂੰ ਕਹਿਣਾ ਕਿ ਭਾਅ ਜੀ ਮੈਂ ਜਿੱਥੇ ਹੈਗੀ ਹਾਂ ਨਾ ਮੈਂ ਉੱਥੇ ਹੀ ਠੀਕ ਹਾਂ, ਚਾਹੇ ਮੈਂ ਘੱਟ ਗਾ ਲੂੰਗੀ ਪਰ ਮੈਂ ਸਮਝੌਤਾ ਲਊਂਗੀ। ਸੋ ਅੱਜ ਦੀ ਡੇਟ 'ਚ ਵੀ ਮੈਨੂੰ ਸਾਰੇ ਕਹਿੰਦੇ ਲੈ ਤੁਹਾਡੀ ਇੰਨੀ ਅੱਛੀ ਆਵਾਜ਼ ਆ, ਤੁਸੀਂ ਕਿਉਂ ਨਹੀਂ ਗਏ ਉੱਥੇ, ਕਿਉਂ ਨਹੀਂ ਗਏ। ਸੋ ਬਹੁਤ ਸਾਰੇ ਕਾਰਨ ਹੁੰਦੇ ਨੇ, ਇਹ ਨਹੀਂ ਹੁੰਦਾ ਕਿ ਮੈਨੂੰ ਮੌਕਾ ਮਿਲਿਆ ਤਾਂ ਮੈਂ ਕਿਉਂ ਨਾ ਜਾਂਦੀ। ਸੋ ਮੈਂ ਜਿਸ ਪਰਿਵਾਰ 'ਚੋਂ ਆਈ ਹਾਂ, ਇੱਕ ਕਦਰਾਂ ਕੀਮਤਾਂ ਨੇ, ਕੋਈ ਕੀਮਤਾਂ ਨੇ, ਇੱਕ ਲਿਮਿਟੇਸ਼ਨਸ ਹੁੰਦੀਆਂ ਸੀਗੀਆਂ ਜੀ, ਠੀਕ ਹੈ। ਅਸੀਂ ਆਪਣੇ ਬੈਕ ਵੀ ਦੇਖਦੇ ਸੀ ਕਿ ਅਸੀਂ ਜੇ ਇਸ ਕੰਮ 'ਚ ਹੈਗੇ ਹਾਂ ਨਾ ਤਾਂ ਰਿਸਪੈਕਟ ਵੀ ਹੋਣੀ ਚਾਹੀਦੀ, ਬਹੁਤ ਜ਼ਰੂਰੀ ਹੈ ਜੀ। ਸੋ ਇਸ ਕਰਕੇ ਜ਼ਰੂਰੀ ਨਹੀਂ ਅਸੀਂ ਬੋਂਬੇ ਜਾ ਕੇ ਹੀ ਹਿੱਟ ਹੋਣਾ ਆ, ਮੈਂ ਫਿਰ ਮਨਾ ਕਰ ਦਿੱਤਾ ਕਿ ਮੈਂ ਉੱਥੇ ਨਹੀਂ, ਮੈਂ ਜਿੱਥੇ ਹੈਗੀ ਹਾਂ, ਮੈਂ ਜਿੰਨਾ ਗਾ ਰਹੀ ਹਾਂ ਮੈਂ ਠੀਕ ਹੈ। ਅੱਛਾ, ਮੈਨੂੰ ਇਹ ਦੱਸੋ, ਕਈ ਵਾਰੀ ਹੁੰਦਾ ਇਹ, ਮੈਂ ਲਗਭਗ ਬਹੁਤ ਸਾਰੇ ਕਲਾਕਾਰਾਂ ਨੂੰ ਸਵਾਲ ਪੁੱਛਦਾ ਹੁੰਦਾ, ਕੋਈ ਜ਼ਮਾਨਾ ਹੁੰਦਾ ਸੀ ਘੱਟ ਪੜ੍ਹੇ ਲਿਖੇ ਹੁੰਦੇ ਸੀ ਜਿਹੜੇ ਉਹ ਕਲਾਕਾਰ ਬਣ ਜਾਂਦੇ ਸੀ, ਪਰ ਮੈਂ ਹੁਣ ਵੇਖਦਾ ਚੰਗੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਕਲਾਕਾਰ ਨੇ, ਪੜ੍ਹਾਈ 'ਚ ਹੱਥ ਤੰਗ ਤਾਂ ਨਹੀਂ ਸੀ ਹੁੰਦਾ? ਨਹੀਂ, ਚੰਗੇ ਪੜ੍ਹਦੇ ਸੀ। ਜੇ ਸਿੰਗਿੰਗ ਵਾਲੇ ਪਾਸੇ ਨਾ ਉਹਦੇ ਕੀ ਬਣਦੇ? ਫਿਰ ਮੈਂ ਸੋਚਦੀ ਹੁੰਦੀ ਸੀ ਟੀਚਰ ਬਣਨਾ। ਅੱਛਾ, ਪਤਾ ਕਿਉਂ? ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਕੋਈ ਗਲਤੀ ਕਰਨੀ ਤੇ ਉਹ ਸਾਨੂੰ ਡੰਡੇ ਵੀ ਵੱਜਣੇ, ਸੋਚਦੇ ਸੀ ਅਸੀਂ ਵੀ ਐਂਜੀ ਬਣਾਂਗੇ, ਡੰਡੇ ਮਾਰਿਆ ਕਰਾਂਗੇ, ਡੰਡੇ ਮਾਰਨ ਲਈ ਨਾ ਟੀਚਰ ਬਣਨਾ ਸੀ, ਡੰਡੇ ਮਾਰਨ ਲਈ ਟੀਚਰ ਬਣਨਾ ਸੀ। ਅੱਜ ਵੀ ਟੀਚਰ ਹੀ ਹਾਂ, ਹੁਣ ਮੈਂ ਬੱਚਿਆਂ ਨੂੰ ਸਿਖਾਉਂਦੀ ਹਾਂ ਮਿਊਜ਼ਿਕ ਕਿ ਗਾਣਿਆਂ 'ਚ ਫੀਲ ਕਿਸ ਤਰ੍ਹਾਂ ਲੈ ਕੇ ਆਉਣੀ ਹੈ। ਇਹ ਨਹੀਂ ਮੈਂ ਕੋਈ ਪਰਟੀਕੁਲਰ ਇੰਸਟਰੂਮੈਂਟ ਨਹੀਂ, ਬਟ ਹਾਰਮੋਨੀਅਮ 'ਤੇ ਰਿਆਜ਼ ਕਰਵਾਉਂਦੀ ਹਾਂ, ਕਿਸ ਤਰ੍ਹਾਂ ਗਾਉਣਾ, ਆਵਾਜ਼ ਨੂੰ ਕਿਸ ਤਰ੍ਹਾਂ ਉਹਨੂੰ ਉਹਦੇ 'ਚ ਕੁਆਲਿਟੀ ਲੈ ਕੇ ਆਉਣੀ, ਔਰ ਮਤਲਬ ਜੇ ਗਾਣਾ ਅਸੀਂ ਗਾ ਰਹੇ ਤਾਂ ਉਹ 'ਚ ਫੀਲ ਕਿਸ ਤਰ੍ਹਾਂ ਲੈ ਕੇ ਆਉਣੀ। ਸੋ ਇਹ ਮੈਂ ਬੱਚਿਆਂ ਨੂੰ ਦੱਸਦੀ ਹਾਂ, ਅੱਜ ਵੀ ਟੀਚਰ ਹੀ ਹਾਂ ਪਰ ਉਹ ਮਾਰਨ ਦਾ ਕਦੇ ਮੌਕਾ ਹੀ ਨਹੀਂ ਮਿਲਿਆ, ਕਿਉਂਕਿ ਅੱਜ ਕੱਲ੍ਹ ਬੱਚੇ ਇੰਨੇ ਐਕਟਿਵ ਨੇ, ਫਟਾਫਟ ਸਿੱਖ ਲੈਂਦੇ, ਸਮਝ ਆਉਂਦੇ। ਹੁਣ ਮੈਂ ਜਿਸ ਤਰ੍ਹਾਂ ਕੁੜੀਆਂ ਛੋਟੀਆਂ ਛੁੱਟੀਆਂ 5-5, 6-6 ਸਾਲ ਦੀਆਂ, ਉਹਨਾਂ ਨੂੰ ਮੈਂ ਆਹ ਗਾਣਾ ਸਿਖਾਇਆ, ਮਾਏ ਨੀ ਮੇਰੀਏ ਸ਼ਿਮਲੇ ਦੇ ਰਾਹੀਂ ਚੰਬਾ ਕਿਤਨੀ ਕੁਦੂਰ, ਚੰਬਾ ਕਿਤਨੀ ਕੁਦੂਰ, ਸ਼ਿਮਲੇ ਨੀ ਵਸਣਾ ਕਸੌਲੀ ਨੀ ਵਸਣਾ, ਸ਼ਿਮਲੇ ਨੀ ਵਸਣਾ ਕਸੌਲੀ ਨੀ ਵਸਣਾ, ਚੰਬੇ ਜਾਣਾ ਜ਼ਰੂਰ, ਚੰਬੇ ਜਾਣਾ ਜ਼ਰੂਰ।
ਬਹੁਤ ਅੱਛੇ, ਬਹੁਤ ਖੂਬ। ਸੋ ਬੱਚੇ ਵੀ ਬੜੀ ਅੱਛੀ ਫੀਲਿੰਗ ਲੈ ਕੇ ਆਉਂਦੇ। ਡੋਲੀ ਜੀ, ਕਦੇ ਕਦਾਈ ਇਹ ਵੀ ਮਨ 'ਚ ਆਉਂਦਾ ਕਿ ਖੂਬਸੂਰਤ ਸੀ, ਚੰਗੀ ਆਵਾਜ਼ ਸੀ, ਨਾਂ ਸੀ, ਨਾਵਾਂ ਵੀ ਬਣਨਾ ਸੀ, ਕਿ ਫਿਲਮਾਂ ਵੱਲ ਕਿਉਂ ਨਾ ਗਈ? ਐਕਟਿੰਗ ਦਾ ਸ਼ੌਕ ਸੀ? ਮੈਨੂੰ ਐਕਟਿੰਗ ਦਾ ਸ਼ੌਕ ਨਹੀਂ, ਅੱਜ ਵੀ ਨਹੀਂ, ਕਿਉਂਕਿ ਮੈਂ ਜਦੋਂ ਆਪਣਾ ਪਹਿਲਾ ਗਾਣਾ ਕੀਤਾ ਸੀ ਬੱਤੀਆਂ ਬੁਝਾਈ ਰੱਖਦੀ ਮਾਹੀ ਵੇ ਸਾਨੂੰ, ਮੈਨੂੰ ਨਹੀਂ ਲੱਗਦਾ ਹੁੰਦਾ ਸੀ ਕਿ ਮੈਂ ਕੈਮਰਾ ਫੇਸ ਕਰ ਪਾਊਂਗੀ। ਬਹੁਤ ਸ਼ਰਮ ਆਉਂਦੀ ਹੈ ਅਜੇ ਵੀ ਜਦੋਂ ਸ਼ੂਟਿੰਗ ਹੁੰਦੀ ਹੈ ਨਾ। ਹਾਂ, ਮੈਂ ਥੋੜ੍ਹੀ ਸ਼ਾਈ ਨੇਚਰ ਦੀ ਹੈਗੀ ਹਾਂ। ਮੈਨੂੰ ਲੱਗਦਾ ਕਿ ਮੈਂ ਆਹ ਕਰਾਂ, ਬਟ ਫਿਰ ਉਹ ਕਿਤੇ ਨਾ ਕਿਤੇ ਡਰ ਜਾਂਦੇ, ਹਾਂ ਮੈਂ ਕਰ ਲੂੰਗੀ, ਨਹੀਂ ਮੇਰੇ ਕੋਲ ਹੋਣਾ ਨਹੀਂ। ਹੁਣ ਜਿਸ ਤਰ੍ਹਾਂ ਮੈਂ ਘਰ ਵਾਸਤੇ ਬੱਚਿਆਂ ਲਈ, ਜਿਸ ਤਰ੍ਹਾਂ ਮੈਂ ਆਪਣੀ ਫੈਮਿਲੀ ਦੇ ਵਿੱਚ, ਘਰ ਦੇ ਵਿੱਚ ਮੈਂ ਬੜੀ ਅੱਛੀ ਕਾਮੇਡੀ ਵੀ ਕਰ ਲੈਂਦੀ ਹਾਂ। ਅੱਛਾ, ਬੱਚੇ ਕਹਿੰਦੇ ਮੰਮਾ ਜੇ ਤੁਸੀਂ ਕਾਮੇਡੀ ਕਰੋ ਨਾ ਤਾਂ ਤੁਸੀਂ ਬੜੀ ਵਧੀਆ ਐਕਟਿੰਗ ਕਰੋ। ਅੱਛਾ, ਸੋ ਇਸ ਕਰਕੇ, ਬਟ ਮੈਂ ਕੈਮਰੇ ਦੇ ਅੱਗੇ ਮੈਂ ਸਾਰਾ ਕੁਛ ਨਹੀਂ ਕਰ ਸਕਦੀ। ਤੁਹਾਨੂੰ ਲੱਗਦਾ ਕਿ ਹਾਂ, ਮੈਂ ਬਹੁਤ ਸ਼ਾਈ ਹਾਂ, ਪਰ ਉਹ ਕਦੇ ਕਦੇ ਦਿਮਾਗ ਤਾਂ ਆਉਂਦਾ ਹੋਊ ਵੀ ਕਰ ਲੈਂਦੇ ਠੀਕ ਸੀ ਜਾਂ ਨਹੀਂ? ਨਹੀਂ, ਇੱਦਾਂ ਵੀ ਹੁੰਦਾ ਕਿ ਹਾਂ ਮੈਂ ਕੀ ਪਤਾ ਮੈਂ ਜਾਵਾਂ ਅਤੇ ਮੈਂ ਕਰ ਹੀ ਲਵਾਂ। ਕਈ ਕਲਾਕਾਰ ਨੇ ਉਹਨਾਂ ਦੀ ਸੰਤੁਸ਼ਟੀ ਹੋ ਜਾਂਦੀ ਹੈ ਕਿ ਮੈਂ ਜੋ ਗਾ ਲਿਆ ਬਹੁਤ ਵਧੀਆ ਗਾ ਲਿਆ, ਸੰਤੁਸ਼ਟੀ ਹੋ ਗਈ ਹੈ, ਤੁਹਾਨੂੰ ਲੱਗਦਾ ਕਿ ਮੈਂ ਅਜੇ ਹੋਰ ਵਧੀਆ? ਨਹੀਂ, ਅਜੇ ਕੋਈ ਸੰਤੁਸ਼ਟੀ ਨਹੀਂ, ਕਿਉਂਕਿ ਜਿੰਨਾ ਮੈਂ ਗਾਇਆ ਵੀ ਹੈ ਨਾ ਉਹਦੇ 'ਚ ਵੀ ਮੈਨੂੰ ਜਦੋਂ ਹੁਣ ਵੀ ਸੁਣਦੀ ਹਾਂ ਤਾਂ ਮੈਨੂੰ ਲੱਗਦਾ ਨਹੀਂ ਇੱਥੇ ਇੱਦਾਂ ਉਗਾਉਣਾ ਚਾਹੀਦਾ ਸੀ, ਇੱਥੇ ਆਹ ਗਲਤੀ ਆ ਜਾਂ ਇੱਥੇ ਹਲਕਾ ਜਿਹਾ, ਅਤੇ ਕੀ ਜਿਹੜੀ ਮੇਰੀ, ਹਾਂ ਜੇ ਮੇਰੀ ਇੱਥੇ ਗਲਤੀ ਆ ਅਤੇ ਸੁਣਨ ਵਾਲੇ ਨੂੰ ਪਤਾ ਨਹੀਂ ਲੱਗਦਾ, ਫਿਰ ਮੈਂ ਸੁਣੂ ਕਿ ਹਾਂ ਸੁਣਨ ਵਾਲੇ ਨੂੰ ਕਿੱਦਾਂ ਲੱਗਦਾ ਹੋਏਗਾ ਕਿ ਇੱਥੇ ਮੈਂ ਥੋੜ੍ਹਾ ਜਿਹਾ ਠੀਕ ਨਹੀਂ ਗਾਇਆ। ਬਟ ਫਿਰ ਜਦੋਂ ਮੈਂ ਕਹਿੰਦੀ, ਮੈਂ ਪੁੱਛਦੀ ਵੀ ਹੁੰਦੀ ਹਾਂ ਕਿ ਇੱਥੇ ਤੁਹਾਨੂੰ ਕਿੱਦਾਂ ਦਾ ਲੱਗਾ ਮੈਂ ਗਾਇਆ, ਉਹ ਕਹਿੰਦੇ ਨਹੀਂ ਤੁਸੀਂ ਤਾਂ ਬਹੁਤ ਅੱਛਾ ਗਾਇਆ, ਪਤਾ ਹੀ ਨਹੀਂ ਚੱਲਦਾ। ਲੇਕਿਨ ਨਹੀਂ, ਕਈ ਵਾਰੀ ਨਹੀਂ ਪਤਾ ਚੱਲਦਾ, ਸੁਣਨ ਵਾਲੇ ਨੂੰ ਨਹੀਂ ਪਤਾ ਚੱਲਦਾ, ਪਰ ਆਪ ਬਹੁਤ ਗਲਤੀਆਂ ਲੱਗਦੀਆਂ ਰਹਿੰਦੀਆਂ ਕਿ ਹਾਂ ਮੈਂ ਇੱਥੇ ਹੋਰ ਅੱਛਾ ਗਾ ਸਕਦੀ ਸੀ। ਹੁਣ ਕਈ ਵਾਰੀ ਹੁੰਦਾ ਬਹੁਤ ਵੱਡੀ ਸਟੇਜ, ਹੁਣ ਪ੍ਰਾਈਮ ਏਸ਼ੀਆ ਦੀ ਸਟੇਜ 'ਤੇ ਬੈਠੇ ਹੋ ਤੁਸੀਂ, ਦੁਨੀਆ ਭਰ 'ਚ ਵੇਖਿਆ ਜਾ ਰਿਹਾ। ਹਾਂਜੀ, ਮੈਨੂੰ ਇਹ ਦੱਸੋ ਜੇ ਤੁਹਾਨੂੰ ਇੱਕ ਗੀਤ ਗਾਉਣ ਦਾ ਕਿਤੇ ਕੋਈ ਮੌਕਾ ਮਿਲਦਾ, ਕਈ ਵਾਰੀ ਸਟੇਜਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਇੱਕ ਜਾਂ ਦੋ ਗੀਤ ਹੀ ਤੁਸੀਂ ਗਾ ਸਕਦੇ ਹੋ, ਇੰਨਾ ਕੁ ਟਾਈਮ ਹੈ, ਹਾਂਜੀ, ਕਿਹੜਾ ਗੀਤ ਤੁਸੀਂ ਹਮੇਸ਼ਾ ਪਰਫੋਰਮ ਕਰਦੇ ਹੋ ਫਿਰ? ਜਾਂ ਕੋਈ ਹੁਣ ਸੁਣਾਉਣਾ ਪਵੇ ਕਿਹੜਾ ਗੀਤ ਸੁਣਾਓਗੇ? ਜੇ ਮੈਂ ਹੁੰਦੀ ਢੋਲਣਾ ਵੇ ਢੋਲਣਾ ਸੋਨੇ ਦੀ ਤਵੀਤੜੀ, ਉਹ ਜੇ ਮੈਂ ਹੁੰਦੀ ਢੋਲਣਾ ਵੇ ਢੋਲਣਾ ਸੋਨੇ ਦੀ ਤਵੀਤੜੀ, ਵੇਰਿੰਦੀ ਗੱਲ ਨਾਲ ਲੱਗ ਕੇ ਤੇਰੇ ਸਾਵਾਂ ਦੇ ਨੇੜੇ ਨੇੜੇ, ਕਿਵੇਂ ਬਣਾ ਜਾਣੀਆਂ ਹੋਏ ਜਾਣੀਆਂ ਹੋਏ ਸੋਨੇ ਦੀ ਤਵੀਤੜੀ। ਬਹੁਤ ਖੂਬ ਡੋਲੀ ਜੀ, ਤੁਹਾਡੇ ਗੀਤ ਬਹੁਤ ਹਿੱਟ ਹੋਏ ਕਈ ਐਲਬਮਾਂ ਦੀਆਂ, ਕਿਉਂਕਿ ਉਹਨਾਂ ਦਿਨਾਂ 'ਚ ਇਹ ਨਹੀਂ ਕਿ ਇੱਕ ਐਲਬਮ 'ਚੋਂ ਕੋਈ ਇੱਕ ਗੀਤ ਹਿੱਟ ਹੋ ਗਿਆ, ਕਈ ਗੀਤ ਹਿੱਟ ਹੋ ਜਾਂਦੇ ਸੀ। ਹਾਂਜੀ, ਉਹਦੇ ਪਿੱਛੇ ਰਾਈਟਰ ਦਾ ਕਿੰਨਾ ਕੁ ਤੁਸੀਂ ਹੱਥ ਸਮਝਦੇ ਹੋ, ਮਿਊਜ਼ਿਕ ਡਾਇਰੈਕਟਰ ਦਾ ਕਿੰਨਾ ਕੁ ਸਮਝਦੇ, ਤੁਹਾਡਾ ਕਿੰਨਾ ਕੁ? ਸਭ ਤੋਂ ਪਹਿਲੇ ਤਾਂ ਰਾਈਟਰ, ਮੈਂ ਬਾਬੂ ਸਿੰਘ ਮਾਨ ਉਹਨਾਂ ਦੇ ਵੀ ਗਾਣੇ ਗਾਏ, ਹਾਂਜੀ ਕਾਫੀ ਗਾਣੇ ਗਾਏ ਆ। ਫਿਰ UK ਤੋਂ ਜੈਕ ਸਿੰਘ, ਉਹਨਾਂ ਦਾ ਗਾਣਾ ਗਾਇਆ। ਮਿਸਟਰ ਰਾਜ ਕਾਕੜਾ ਕਾਫੀ ਗਾਏ, ਲਗਭਗ ਸਾਰਿਆਂ ਨੇ ਗਾਏ। ਕੇਸਰ ਕੁਮਾਰ ਉਹਨਾਂ ਦਾ ਗਾਣਾ ਗਾਇਆ, ਕਾਫੀ ਗਾਣੇ, ਕਾਫੀ ਗੀਤਕਾਰ। ਹਾਂਜੀ, ਗੁਰੀ ਵਰੈਚ ਹੈਗੇ ਨੇ, ਉਹਨਾਂ ਦਾ ਵੀ ਗਾਇਆ ਗਾਣਾ। ਮੇਰੇ ਲੇਟੈਸਟ ਗਾਣਾ ਆਇਆ ਸੀ ਉਹਨਾਂ ਨੇ, ਹੁਣ ਲਿਖਿਆ ਸੀ। ਤੂੰ ਜਿੰਨਾ ਚਿਰ ਸਾਨੂੰ ਪਿਆਰ ਕਰੇ ਸਾਡੀ ਸਾਨੂੰ ਉਹਨੀ ਉਮਰ ਬਥੇਰੀ ਏ, ਤੇਰੇ ਦਿਲ ਦੀਆਂ ਸੱਜਣਾ ਤੂੰ ਜਾਣੇ, ਮੇਰੇ ਦਿਲ ਵਿੱਚ ਮੂਰਤ ਤੇਰੀ ਏ। ਬਹੁਤ ਵਧੀਆ, ਤੂੰ ਜਿੰਨਾ ਚਿਰ ਸਾਨੂੰ। ਸੋ ਬਹੁਤ ਸਾਰੇ ਵਧੀਆ ਵਧੀਆ ਰਹੇ, ਹੁਣ ਤਾਂ ਬਸ ਤੁਹਾਡਾ ਮੈਂ ਕਿਹਾ ਗਾਣਾ ਗਾਉਣ ਵਾਲਾ ਰਹਿ ਗਿਆ, ਇਹੀ ਕਮੀ ਹੈ। ਕੋਸ਼ਿਸ਼ ਕਰਾਂਗੇ, ਲਗਭਗ 30 ਸੈਕਿੰਡ ਦਾ ਟਾਈਮ ਫਰੇਮ ਹੈ ਜੀ। ਦੇਖੋ ਆਪਣੀ ਮੈਚਿੰਗ ਵੀ ਕਿੰਨੀ ਅੱਛੀ ਹੋਈ ਅੱਜ, ਗੀਤ ਵੀ ਚੱਲੂ ਆਪਣਾ, ਗੀਤ ਵੀ ਚੱਲੂਗਾ, ਗੀਤ ਕਿਉਂ ਨਹੀਂ ਚੱਲੂਗਾ ਜੀ। ਥੈਂਕ ਯੂ, 30 ਸੈਕਿੰਡ ਨੇ, ਅਖੀਰ 'ਚ ਕੀ ਕਹੋਗੇ ਜਿਹੜੇ ਦਰਸ਼ਕ ਵੇਖ ਰਹੇ? ਮੈਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਅੱਗੇ ਵੀ। ਹੁਣ ਮੈਂ ਇੱਕ ਗਾਣੇ ਦੀ ਸ਼ੂਟਿੰਗ ਕਰਕੇ ਆਈ ਹਾਂ, ਇੱਕ ਗਾਣਾ ਮੇਰਾ ਆ ਰਿਹਾ, ਮੇ ਬੀ ਉਹ ਅਗਲੇ ਮਹੀਨੇ ਤੱਕ ਰਿਲੀਜ਼ ਹੋ ਜਾਏ। ਤੁਸੀਂ ਮੈਨੂੰ ਇੱਦਾਂ ਪਿਆਰ ਦਿੰਦੇ ਰਹਿਣਾ, ਮੈਂ ਤੁਹਾਡੇ ਇਸ ਤਰ੍ਹਾਂ ਰੂਬਰੂ ਹੁੰਦੀ ਰਹੂੰਗੀ। ਹਾਂ, ਜਦੋਂ ਇਹ ਮੈਂ ਜ਼ਰੂਰ ਕਹੂੰਗੀ ਕਿ ਜਦੋਂ ਕੋਈ ਵਧੀਆ ਗਾਉਂਦਾ ਹੈ ਤਾਂ ਪਲੀਜ਼ ਉਹਨੂੰ
ਐਪਰੀਸ਼ੀਏਟ ਜ਼ਰੂਰ ਕਰਿਆ ਕਰੋ, ਸੋ ਡੋਲੀ ਚਾਹੇ ਤੁਸੀਂ ਯੂਟਿਊਬ ਦੇ ਥਰੂ, ਕਿਉਂਕਿ ਹੁਣ ਬਹੁਤ ਸਾਰੇ ਜ਼ਰੀਏ ਨੇ ਤੁਸੀਂ ਸਿੰਗਰ ਨੂੰ ਮੈਸੇਜ ਪਹੁੰਚਾ ਸਕਦੇ ਹੋ, ਸੋ ਪਲੀਜ਼ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ। ਡੋਲੀ ਜੀ ਗੱਲਾਂ ਬਾਤਾਂ ਕਰਕੇ ਚੰਗਾ ਲੱਗਿਆ, ਸਾਡੀਆਂ ਬੈਸਟ ਵਿਸ਼ਿਸ਼ ਤੁਹਾਡੇ ਨਾਲ ਨੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ, ਥੈਂਕ ਯੂ। ਦੋਸਤੋ, ਇਹ ਸਨ ਡੋਲੀ ਸਿੰਘ, ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਿਆ ਸਾਡੇ ਤੱਕ ਲਿਖ ਭੇਜੋ, ਅਸੀਂ ਉਡੀਕ ਵਿੱਚ ਰਹਾਂਗੇ। ਹੁਣ ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ ਹੈ, ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਕੱਲ੍ਹ ਫਿਰ ਕਿਸੇ ਨਵੇਂ ਨਵੇਕਲੇ ਪ੍ਰੋਗਰਾਮ ਨਾਲ ਮਿਲਦੇ ਹਾਂ, ਉਦੋਂ ਤੱਕ ਵੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ ਤੁਹਾਡੇ ਲਈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ, ਸਤਿ ਸ਼੍ਰੀ ਅਕਾਲ।